वाहेगुरु जी की फतेह। गुरमुख प्यारियो, अज आपां श्री गुरु ग्रंथ साहिब महाराज सच्चे पातशाह जी दे पावन पवित्र शरण विच संगत रूप विच एकत्र होए हाँ, जिस संबंध विच महाराज सच्चे पातशाह सानू समझाउंदे ने कि जो सत संगत है ये एक सत दा सरोवर है, जिसनू सत सर गुरबाणी विच कहा है। जदों असी इस संगत विच बैठ के गुरु दा मंत्र दृढ़ करते हाँ ते लगातार शब्द का जाप करन दे नाल और इस संगत रूप विच बैठ के शब्द विचार सरवण करन दे नाल ये जिहड़ा मन है वो शुद्ध होना शुरू हो जाता है। मन दे उपर लगी हुई मैल उतरन लग जाती है। मन की जिहड़ी खुराक है वो बदल जाती है। जिसनू पातशाह समझाउंदे ने अमृतसर सतगुर सतवादी जित नाते कौआ हंस हो है। जिनी देर तक संगत विच नहीं मन आया उदी खुराक जेड़ी है वो गंदगी हुंदी है। जिस कां दी खुराक गंदगी है इस तरह जेड़ा मन भागां तो हीणा है और दुरमत दे विच है उन्हों फिर पातशाह समझाउंदे ने कि उदी खुराक भी गंदगी हुंदी है। उदे परथाए पातशाह दा बचन है दुरमत भाग हीण मत फिकै नाम सुनत आवे मन रोहै कौआ काग कौ अमृत रस पाईऐ ओ तृप्तै विष्टा खाए मुख गोहै। कां दी खुराक गंदगी जे मन मैला है तो उदी खुराक भी निंदा चुगली है, दुबदा दे बचन होंदे ने। संगत विच आउण ते इह सतसर विच इशनान करन ते इह शुद्ध हो जांदा है ते इस दी खुराक बदल जांदी है। क्योंकि कां दी खुराक गंदगी है ते जदों इह शुद्ध हो गया ये हंस बन गया। कां तो जिस महाराज सच्चे पातशाह गुरबाणी वे दस जात सुभावे नानका ता कागो हंस करे। जिसा हुण लगातार आपां सिमरन कर रहे हाँ, अभ्यास कर रहे हाँ, तो मालिक आपां नूं देख रहा है ते जदों वो देखदा ते खुश हो जांदा है ते ऐसी कृपा करदा दृष्टि पाउंदा है कि सारा सुभाव ही बदल जाता है। कां तो हंस बन जाता है ते हंस की खुराक अमृत है। जेड़ा मन हंस है उहदी खुराक अमृत रस नाम रस है। वह फिर इस सत सर विच बैठ के इस सरोवर दे विच बैठ के संगत विच बैठ के मन जेड़े हंस बन गए वो नाम प्राप्त करते हैं। नाम दे नाल जुड़ते हैं तो उन्होंने रस आता है, अमृत रस आना शुरू हो जाता है। तो कितने बैठे होंगे ने वो इस किनारे इस सरोवर दे सतसर दे किनारे ते जैसा हुण आपां बैठे हैं सारे ते उन्हां परथाए फिर मारे कहिंदे ने
ਉਹਨਾਂ ਦੀ ਕੀ ਅਵਸਥਾ ਹੈ। ਗੁਰ ਸਾਗਰ ਰਤਨੀ ਭਰਪੂਰ ਹੈ, ਅੰਮ੍ਰਿਤ ਸੰਤ ਚੁਗ ਹੈ ਨਹਿ ਦੂਰ ਹੈ, ਹਰਸ ਚੋਗ ਚੁਗ ਹੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਇੱਥੇ ਫਿਰ ਹੰਸ ਨਾਮ ਚੁਗਦੇ ਨੇ, ਨਾਮ ਪ੍ਰਾਪਤ ਕਰਦੇ ਨੇ, ਉਹਦੇ ਵਿੱਚੋਂ ਰਸ ਲੈਂਦੇ ਨੇ ਅਤੇ ਉਹਨਾਂ ਨੂੰ ਫਿਰ ਵਡਿਆਈ ਮਿਲਦੀ ਹੈ। ਉਸ ਮਾਲਕ ਪਰਮੇਸ਼ਰ ਪਰਮਾਤਮਾ ਦੇ ਨਾਲ ਮਿਲਾਪ ਕਰ ਜਾਂਦੇ ਨੇ। ਇੱਥੇ ਫਿਰ ਜਿਹੜਾ ਹੰਸ ਹੈ ਸਾਸਰ ਵਿੱਚ ਬੈਠਾ ਹੋਇਆ, ਉਹ ਆਪ ਵੀ ਖੁਰਾਕ ਲੈਂਦਾ ਹੈ ਔਰ ਦੂਸਰਿਆਂ ਨੂੰ ਵੀ ਨਾਮ ਦਾ ਪੇ ਦਿੰਦਾ ਹੈ। ਜਿਸ ਤਰ੍ਹਾਂ ਉਹਨਾਂ ਨੂੰ ਹੰਸ ਕਹਿ ਦਿੱਤਾ, ਗੁਰਬਾਣੀ ਵਿੱਚ ਸੰਤ ਵੀ ਕਹਿ ਦਿੱਤਾ ਹੈ, ਸਾਧੂ ਵੀ ਕਹਿ ਦਿੱਤਾ ਹੈ। ਅਤੇ ਉਹ ਜਿਹੜਾ ਸੰਤ ਬਣ ਗਿਆ, ਉਹ ਮਨ ਜਿਹੜਾ ਸੰਤ ਹੈ ਉਹਦੀ ਖੁਰਾਕ ਅੰਮ੍ਰਿਤ ਰਸ ਹੈ, ਨਾਮ ਰਸ ਹੈ। ਨਾਮ ਦੇ ਵਿੱਚੋਂ ਉਹ ਰਸ ਲੈ ਰਿਹਾ ਹੈ। ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ ਇਹ ਖਰਚਾ ਖੁੱਟ ਹੈ ਗੁਰਮੁਖ ਨਿਭੇ ਨਾਲ। ਹੁਣ ਉਹ ਜੋ ਸੰਤ ਹੈ ਉਹ ਆਪ ਵੀ ਨਾਮ ਦੇ ਨਾਲ ਜੁੜਿਆ ਹੋਇਆ ਅਤੇ ਦੂਸਰਿਆਂ ਨੂੰ ਜਗਿਆਸੂ ਨੂੰ ਵੀ ਨਾਮ ਦੇ ਪੇ ਦਿੰਦਾ ਹੈ। ਆਪ ਵੀ ਉਹ ਪਾਰ ਬ੍ਰਹਮ ਦੇ ਨਾਲ ਜੁੜਿਆ ਹੋਇਆ ਹੈ। ਸੱਚ ਦੇ ਨਾਲ ਜੁੜਿਆ ਹੋਣ ਕਰਕੇ ਉਹ ਫਿਰ ਸੱਚ ਦਾ ਪੇ ਦਿੰਦਾ ਹੈ। ਸੱਚ ਦੇ ਨਾਲ ਕਿਵੇਂ ਮਿਲਿਆ ਹੈ ਉਹ ਫਿਰ ਸਾਰਿਆਂ ਨੂੰ ਦੱਸਦਾ ਹੈ। ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਅਸੀਂ ਉਹਨਾਂ ਸੰਤਾਂ ਕੋਲ, ਉਹਨਾਂ ਸਾਧੂਆਂ ਕੋਲ ਬੈਠ ਕੇ ਉਹ ਸਾਰੀ ਕਹਾਣੀ ਸੁਣਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਉਹ ਮਿਲਾਪ ਕਰਦੇ ਨੇ। ਉਹ ਜਿਹੜਾ ਸੰਤ ਹੈ, ਗੁਰਮੁਖ ਹੈ, ਸਾਧੂ ਹੈ, ਉਹ ਫਿਰ ਸਾਨੂੰ ਇਸ ਲੋਕ ਦੀ ਕਹਾਣੀ ਸੁਣਾਉਂਦਾ ਹੈ, ਇਸ ਲੋਕ ਦੇ ਬਚਨ ਸੁਣਾਉਂਦਾ ਹੈ ਜਿਸ ਨੂੰ ਅਗੰਮ ਦੇ ਬਚਨ ਕਹਿੰਦੇ ਨੇ। ਇਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜਿੱਥੇ ਉਹ ਆਪ ਬੈਠਾ ਹੋਇਆ ਹੈ ਅਦ੍ਰਿਸ਼ਟ, ਜਿਸ ਦਾ ਕੋਈ ਰੂਪ ਰੰਗ ਰੇਖ ਭੇਖ ਚੱਕਰ ਚੇਨ ਵਰਨ ਜਾਤ ਪਾਤ ਨਹੀਂ ਹੈ। ਉਹ ਫਿਰ ਜਿਹੜਾ ਸਾਧੂ ਹੈ ਇੱਥੋਂ ਦੇ ਬਚਨ ਸਾਡੇ ਨਾਲ ਸਾਂਝੇ ਕਰਦਾ ਹੈ, ਉੱਥੋਂ ਦੀ ਗੱਲ ਸੁਣਾਉਂਦਾ ਹੈ ਜਿੱਥੇ ਜਾ ਕੇ ਅਸੀਂ ਸੁਪਨਾ ਦੇਖਦੇ ਹਾਂ। ਹੁਣ ਜਿੱਥੇ ਸੁਪਨਾ ਆਉਂਦਾ ਹੈ ਆਪਾਂ ਨੂੰ, ਗੁਰਬਾਣੀ ਵਿੱਚ ਉਸ ਨੂੰ ਸਾਡਾ ਆਪਣਾ ਦੇਸ਼ ਕਿਹਾ ਗਿਆ ਹੈ, ਸਾਡਾ ਆਪਣਾ ਘਰ, ਕਿਉਂਕਿ ਉੱਥੇ ਆਹ ਅੱਖਾਂ ਸਰੀਰ ਦੀਆਂ ਨਹੀਂ ਹੁੰਦੀਆਂ, ਇਹ ਗਿਆਨ ਇੰਦਰੀਆਂ ਤੋਂ ਵੱਖ ਹੋ ਚੁੱਕਾ ਹੁੰਦਾ ਹੈ। ਉੱਥੇ ਸਾਡੀਆਂ ਆਪਣੀਆਂ ਗਿਆਨ ਇੰਦਰੀਆਂ ਖੁੱਲ੍ਹਦੀਆਂ ਨੇ। ਹੁਣ ਜਿੱਥੇ ਜਾ ਕੇ ਇਹ ਆਮ ਜੀਵ ਸੁਪਨਾ ਦੇਖਦਾ, ਉਹ ਸਾਧੂ ਉੱਥੋਂ ਦੀ ਗੱਲ ਸੁਣਾਉਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਨੇ ਕਿ ਸਾਧ ਚਰਨ ਸਰਨ ਚਿਤ ਲਾਇਆ, ਸੁਪਨ ਕੀ ਬਾਤ ਸੁਣੀ। ਸੁਪਨੇ ਦੀ ਗੱਲ ਤੁਹਾਨੂੰ ਸੁਣਾਏਗਾ, ਇਹ ਨਹੀਂ ਵੀ ਉਹ ਕੋਈ ਆਪਣਾ ਸੁਪਨਾ ਤੁਹਾਨੂੰ ਸੁਣਾਏਗਾ। ਕਈ ਦਫ਼ਾ ਜਿਹੜੇ ਅਨਾੜੀ ਸੰਤ ਨੇ ਜਿਨ੍ਹਾਂ ਨੂੰ ਭੇਦ ਨਹੀਂ, ਅਤੇ ਉਹਨਾਂ ਦਾ ਆਪਣਾ ਮਨ ਜਾਗਤ ਅਵਸਥਾ ਵਿੱਚ ਨਹੀਂ ਹੈ, ਅਤੇ ਉਹ ਤਰਲੋਕੀ ਦੇ ਵਿੱਚ ਆਕਾਸ਼ ਲੋਕ ਦੇ ਵਿੱਚ ਜੋ ਉਹਨਾਂ ਨੂੰ ਮਾਇਆ ਨੇ ਦਿਖਾਇਆ ਉਹਨੂੰ ਸੁਪਨਾ ਸਮਝਦੇ ਨੇ,
ਤੇ ਉਹਦੀ ਗੱਲ ਸਾਂਝੀ ਕਰਨੀ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਗੁਰਬਾਣੀ ਵਿੱਚ ਸੰਤ ਨਹੀਂ ਕਹਿੰਦੇ, ਉਹਨਾਂ ਨੂੰ ਕਹਿੰਦੇ ਨੇ ਆ ਸੰਤ, ਅਨਾੜੀ ਐੜਾ ਨਾਂ ਲਾ ਦਿੰਦੇ ਨੇ। ਅਸੰਤ ਹੈ ਉਹ ਅਤੇ ਅਨਾੜੀ ਹੈ, ਕੱਚਾ ਹੈ, ਅਤੇ ਉਹ ਤਰਲੋਕੀ ਦੀ ਗੱਲ ਹੀ ਕਰੀ ਜਾਂਦਾ ਹੈ। ਸੰਗਤ ਵਿੱਚ ਗੱਲ ਕਰਨੀ ਹੈ ਇਹ ਸ਼ਲੋਕ ਦੀ, ਪਰ ਜਿਹੜਾ ਕੱਚਾ ਹੈ ਉਹ ਇਸ ਮਾਇਆ ਦੀ ਗੱਲ ਸੁਣਾਈ ਜਾਂਦਾ ਹੈ ਸੰਸਾਰ ਨੂੰ। ਅਤੇ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਨੇ ਅਸੰਤ ਅਨਾੜੀ ਕਦੇ ਨਾ ਬੂਝੈ। ਜਿਹੜਾ ਅਨਾੜੀ ਹੈ ਉਹ ਨਹੀਂ ਕਿਸ ਸਮਝਦਾ, ਅਸੰਤ ਅਨਾੜੀ ਕਿਛ ਨਾ ਬੂਝੈ, ਕਥਨੀ ਕਰੈ ਮਾਇਆ ਮੈਂ ਲੂਝੈ, ਅੰਧ ਅਗਿਆਨੀ ਕਦੇ ਨਾ ਸੀਜੈ। ਉਹ ਅਨਾੜੀ ਹੈ, ਉਹ ਮਾਇਆ ਦੀ ਗੱਲ ਕਰ ਜਾਂਦਾ ਹੈ। ਲੇਕਿਨ ਹੁਣ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਜਾ ਕੇ ਸਾਧੂ ਕੋਲੋਂ ਆਪਾਂ ਕਿੱਥੋਂ ਦੀ ਗੱਲ ਸੁਣਨੀ ਹੈ। ਸਾਧ ਚਰਨ ਸਰਨ ਚਿਤ ਲਾਇਆ, ਸੁਪਨ ਕੀ ਬਾਤ ਸੁਣੀ, ਭੇਖੀ ਸੁਪਨਾ, ਨਾਮ ਮੰਤਰ ਸਤਿਗੁਰ ਦਰੜਾਇਆ। ਹੁਣ ਸੁਪਨਾ ਕਿੱਥੋਂ ਸ਼ੁਰੂ ਹੁੰਦਾ ਹੈ ਜਾ ਕੇ? ਸੁਪਨਾ ਸ਼ੁਰੂ ਹੁੰਦਾ ਹੈ ਜਦੋਂ ਮਨ ਪੌਣ ਨੂੰ ਛੱਡ ਜਾਂਦਾ ਹੈ। ਪੌਣ ਨੂੰ ਛੱਡਣ 'ਤੇ ਸ਼ਬਦ ਤੇਜ਼ ਹੁੰਦਾ ਹੈ, ਜੇ ਤਾਂ ਉੱਥੇ ਸਾਨੂੰ ਸ਼ਬਦ ਦੀ ਪਛਾਣ ਹੈ। ਇਹ ਰਾਤ ਨੂੰ ਪ੍ਰੈਕਟੀਕਲ ਕਰਨਾ ਤੁਸੀਂ ਸੌਣ ਲੱਗਿਆ ਕਿ ਜਦੋਂ ਤੁਸੀਂ ਦੇਹ ਛੱਡਦੇ ਹੋ ਇਧਰੋਂ, ਜਦੋਂ ਹੀ ਮਨ ਪਾਉਣ ਨੂੰ ਛੱਡੇਗਾ ਜਿਉਂ ਹੀ ਮਨ ਪਾਉਣ ਨੂੰ ਛੱਡੇਗਾ ਤੇ ਸ਼ਬਦ ਤੇਜ਼ ਹੋ ਜਾਂਦਾ ਹੈ ਆਪਣੇ ਅੰਦਰ। ਅਸੀਂ ਸ਼ਬਦ ਨੂੰ ਪਕੜ ਲੈਣਾ ਹੁੰਦਾ ਹੈ। ਸ਼ਬਦ ਨੂੰ ਜਿਉਂ ਹੀ ਤੁਸੀਂ ਪਕੜੋਗੇ, ਧਿਆਨ ਲਾਓਗੇ ਸ਼ਬਦ ਵਿੱਚ, ਮਨ ਦੀਆਂ ਗਿਆਨ ਇੰਦਰੀਆਂ ਖੁੱਲ੍ਹ ਜਾਣਗੀਆਂ, ਉਹ ਜਾਗਤ ਅਵਸਥਾ ਵਿੱਚ ਆ ਜਾਣਗੀਆਂ, ਨੇਤਰ ਖੁੱਲ੍ਹ ਜਾਣਗੇ। ਐਸਾ ਪ੍ਰੈਕਟੀਕਲ ਹੋਏਗਾ ਤੁਹਾਡੇ ਨਾਲ, ਆਹ ਅੱਖਾਂ ਬੰਦ ਰਹਿਣਗੀਆਂ, ਅੰਦਰੋਂ ਜਦੋਂ ਨੇਤਰ ਖੁੱਲ੍ਹਣਗੇ ਤੁਹਾਨੂੰ ਮਹਿਸੂਸ ਹੋਏਗਾ, ਪਤਾ ਲੱਗੇਗਾ। ਜਿਸ ਤਰ੍ਹਾਂ ਆਪਣੇ ਇੱਧਰ ਸਵੇਰੇ ਆਪਾਂ ਅੱਖਾਂ ਖੁੱਲ੍ਹਦੇ ਹਾਂ ਅਤੇ ਦਿਨ ਚੜ੍ਹਿਆ ਹੁੰਦਾ ਹੈ ਅਤੇ ਇਕਦਮ ਅੱਖਾਂ ਦੇ ਵਿੱਚ ਫਿਰ ਪ੍ਰਕਾਸ਼ ਪੈਂਦਾ ਹੈ, ਹੌਲੀ ਹੌਲੀ ਖੁੱਲ੍ਹਦੀਆਂ ਨੇ, ਚਮਕਦੇ ਨੇ। ਇਸੇ ਤਰ੍ਹਾਂ ਜਦੋਂ ਸ਼ਬਦ ਵਿੱਚ ਧਿਆਨ ਲਾਓਗੇ ਤਾਂ ਅਗਿਆਨ ਇੰਦਰੀਆਂ ਖੁੱਲ੍ਹਣ ਲੱਗ ਜਾਣਗੀਆਂ, ਨੇਤਰ ਖੁੱਲ੍ਹਣਗੇ ਅਤੇ ਸਾਹਮਣੇ ਪ੍ਰਕਾਸ਼ ਨਜ਼ਰ ਆਏਗਾ। ਹੁਣ ਜਦੋਂ ਗੁਰਮੁਖ ਸ਼ਬਦ ਵਿੱਚ ਧਿਆਨ ਲਾਉਂਦੇ ਅਤੇ ਜੋਤ ਪ੍ਰਗਟ ਹੋ ਗਈ, ਉਹ ਉਸ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਨੇ, ਪ੍ਰਕਾਸ਼ ਵਿੱਚ ਧਿਆਨ ਲਾ ਲੈਂਦੇ ਨੇ। ਹੌਲੀ ਹੌਲੀ ਇਹ ਦੇਹ ਤੋਂ ਵੱਖ ਹੋ ਜਾਂਦਾ ਹੈ, ਮਨ ਉਸ ਅਵਸਥਾ ਦੇ ਵਿੱਚ ਚਲੇ ਜਾਂਦੇ ਨੇ। ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜਿਹਵਾ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ। ਇਸ ਅਵਸਥਾ ਦੇ ਵਿੱਚ ਜਿਹੜਾ ਗੁਰਮੁਖ ਚਲਾ ਗਿਆ ਉਹ ਇੱਥੇ ਪ੍ਰਵੇਸ਼ ਹੋ ਗਿਆ, ਉਹਨੂੰ ਦਸਵਾਂ ਆਕਾਸ਼ ਕਹਿ ਦਿੱਤਾ, ਉਹ ਆਕਾਸ਼ ਲੋਕ ਤੋਂ ਉੱਪਰ ਹੈ। ਹੁਣ ਉੱਥੇ ਜੋ ਉਹਦੇ ਨਾਲ ਵਾਪਰਦਾ ਹੈ, ਉੱਥੋਂ ਦੇ ਜਿਹੜੇ ਬਚਨ ਨੇ ਇੱਧਰ ਜੋ ਦੱਸੇ ਨੇ ਉਹਨੂੰ ਅਗੰਮ ਦੇ ਬਚਨ ਕਹਿੰਦੇ ਨੇ। ਉਸ ਨੂੰ ਮਹਾਰਾਜ ਕਹਿੰਦੇ ਨੇ ਅਗੰਮ ਆਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਗਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਉਹ ਜਿਹੜੇ ਅਸਲੀ ਸੰਤ ਹੈ, ਅਸਲੀ ਸਾਧੂ ਹੈ, ਪੂਰਨ ਹੈ, ਉਹ ਇਸ ਦੇਸ਼ ਦੀ ਫਿਰ ਗੱਲ ਸਾਨੂੰ ਦੱਸਦਾ ਹੈ।
ਹੁਣ ਉਹ ਦੇਸ਼ ਹੈ ਜਿੱਥੇ ਜਾ ਕੇ ਆਮ ਜੀਵ ਸੁਪਨਾ ਦੇਖਦਾ ਹੈ। ਸੁਪਨਾ ਇਸ ਤੋਂ ਹੇਠਾਂ ਹੁਣ ਸੁਪਨਾ ਕਿਵੇਂ ਸ਼ੁਰੂ ਹੁੰਦਾ ਹੈ? ਆਮ ਮਨੁੱਖ ਜਦੋਂ ਸੌਂਦਾ ਹੈ, ਆਮ ਜੀਵ, ਤਾਂ ਹੌਲੀ ਹੌਲੀ ਉਹਦੇ ਇਹ ਸਵਾਸਾਂ ਦੀ ਗਤੀ ਲੰਬੀ ਹੋ ਜਾਂਦੀ ਹੈ, ਪੌਣ ਅੰਦਰ ਰੁਕ ਜਾਂਦੀ ਹੈ, ਪੇਟ ਵਿੱਚ ਨਾਭੀ 'ਤੇ ਪੌਣ ਰੁਕਦੀ ਹੈ, ਉਹਦਾ ਮੂੰਹ ਖੁੱਲ੍ਹਦਾ, ਇੱਕਦਮ ਘਰਾੜਾ ਵੱਜਦਾ ਹੈ, ਮਨ ਪਾਉਣ ਤੋਂ ਵੱਖ ਹੋ ਜਾਂਦਾ ਹੈ। ਮਨ ਜਿਉਂ ਹੀ ਪਾਉਣ ਤੋਂ ਵੱਖ ਹੋਇਆ, ਉਹ ਸ਼ਬਦ ਨੂੰ ਨਹੀਂ ਪਕੜਦਾ, ਉਹ ਭਵ ਸਾਗਰ ਵਿੱਚ ਡਿੱਗ ਪੈਂਦਾ ਹੈ, ਕਿਉਂਕਿ ਮਨਮੁੱਖ ਨੂੰ ਸ਼ਬਦ ਦੀ ਪਛਾਣ ਨਹੀਂ ਹੁੰਦੀ। ਆਹ ਜਿਹੜਾ ਆਪਾਂ ਬੈਠ ਕੇ ਇੱਥੇ ਭਗਤੀ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ, ਇਹ ਸ਼ਬਦ ਦੀ ਪਛਾਣ ਕਰਨ ਵਾਸਤੇ ਕਰਦੇ ਪਏ ਹਾਂ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਜੀਵੇ ਮਰੇ ਪ੍ਰਵਾਨ ਆਰ ਜਾਂ ਨਸ਼ੀਜੇ ਸ਼ਬਦ ਪਛਾਣ। ਮਨਮੁੱਖ ਨੂੰ ਸ਼ਬਦ ਦੀ ਪਛਾਣ ਨਹੀਂ, ਪਾਉਣ ਨੂੰ ਛੱਡਿਆ ਅਤੇ ਉਹ ਸੁਣ ਵਿੱਚ ਭਵ ਸਾਗਰ ਵਿੱਚ ਡਿੱਗ ਪਿਆ, ਰੋਜ਼ ਡਿੱਗ ਪੈਂਦਾ ਹੈ, ਉਹਨੂੰ ਸ਼ਬਦ ਦਾ ਗਿਆਨ ਨਹੀਂ, ਅਤੇ ਸ਼ਬਦ ਸਮਾ ਕੇ ਆਪਣੀ ਜੋਤ ਦਾ ਇਸਤੇਮਾਲ ਨਹੀਂ ਉਹ ਕਰਨਾ ਆਉਂਦਾ, ਉਹਦੇ ਅੰਦਰ ਜੋਤ ਨਹੀਂ ਪ੍ਰਗਟ ਹੁੰਦੀ। ਇੱਥੋਂ ਫਿਰ ਭਵ ਸਾਗਰ ਦੇ ਵਿੱਚੋਂ ਉਸ ਨੂੰ ਫਿਰ ਮਾਲਕ ਜਗਾਉਂਦਾ ਹੈ, ਉਹਦੇ ਸਿੱਧੀ ਜੋਤ ਪ੍ਰਗਟ ਕਰ ਦਿੰਦਾ ਹੈ, ਸ਼ਬਦ ਨਹੀਂ ਪ੍ਰਗਟ ਹੋਇਆ। ਅਤੇ ਮਹਾਰਾਜ ਕਹਿੰਦੇ ਨੇ ਐਨ ਅੰਧਲੇ ਦੀਪਕ ਦੇ ਭਵਜਲ ਡੂਬਤ ਚਿੰਤ ਕਰੇ। ਮਾਤਾ ਪਿਤਾ ਫਿਰ ਵੀ ਚਿੰਤਾ ਕਰਦਾ, ਉਸ ਸੁਣ ਵਿੱਚੋਂ ਸਿੱਧੀ ਜੋਤ ਪ੍ਰਗਟ ਕਰਦਾ ਵੀ ਇਹ ਮੇਰੇ ਵੱਲ ਧਿਆਨ ਕਰੇ। ਜਿਉਂ ਹੀ ਜੋਤ ਪ੍ਰਗਟ ਹੋ ਗਈ, ਉਹ ਇੱਥੇ ਦੇਖਣ ਦੀ ਬਜਾਏ ਉਸ ਜੋਤ ਵੱਲ, ਪਾਰ ਬ੍ਰਹਮ ਦੇ ਵੱਲ ਹੇਠਾਂ ਦੇਖਣਾ ਸ਼ੁਰੂ ਕਰ ਦਿੰਦਾ, ਆਕਾਸ਼ ਲੋਕ ਵਾਲੇ ਪਾਸੇ। ਇਹ ਤਰਲੋਕੀ ਉਸ ਵਕਤ ਹੇਠਾਂ ਰਹਿ ਜਾਂਦੀ ਹੈ, ਅਤੇ ਇੱਥੇ ਜਦੋਂ ਦੇਖਦਾ ਹੈ, ਇੱਥੇ ਮਾਇਆ ਸੂਖਮ ਆਕਾਰ ਦਿਖਾਉਂਦੀ ਹੈ ਉਸਨੂੰ। ਜਿੱਥੇ ਜਿੱਥੇ ਵੀ ਉਸਨੇ ਇਹ ਸਵਾਸ ਛੱਡੇ ਹੁੰਦੇ ਨੇ, ਲੈ ਕੇ ਸਾਰਾ ਦਿਨ ਵਿਚਰਦਾ ਹੈ, ਜਿਸ ਤਰ੍ਹਾਂ ਆਪਣੇ ਅੰਦਰ ਫੁਰਨੇ ਚੱਲਦੇ ਨੇ, ਰਜੋ ਤਮੋ ਸਤੋ, ਉਹ ਜਿਹੋ ਜਿਹੇ ਸੂਖਮ ਫੁਰਨੇ ਚੱਲੇ, ਉੱਥੇ ਜਾ ਕੇ ਉਹਨਾਂ ਫੁਰਨਿਆਂ ਨੂੰ ਮਾਇਆ ਨੇ ਸੂਖਮ ਆਕਾਰਾਂ ਦਾ ਰੂਪ ਦੇ ਦਿੱਤਾ। ਸਮਝੇ ਸਾਰੇ ਜਣੇ? ਜਿਸ ਤਰ੍ਹਾਂ ਹੁਣ ਮਨ ਸਾਰਾ ਦਿਨ ਤ੍ਰੈ ਗੁਣਾਂ ਵਿੱਚ ਰਿਹਾ, ਕੋਈ ਰਜੋ ਗੁਣ 'ਤੇ ਰਿਹਾ, ਉਹ ਰਜੋ ਗੁਣ ਦੀਆਂ ਜ਼ਿਆਦੀਆਂ ਗੱਲਾਂ ਕੀਤੀਆਂ ਉਸਨੇ, ਆਪਣੇ ਬਿਜ਼ਨਸ ਨੂੰ ਲੈ ਕੇ, ਆਪਣੇ ਕੰਮਕਾਰ ਨੂੰ ਲੈ ਕੇ, ਆਪਣੀ ਨੌਕਰੀ ਨੂੰ ਲੈ ਕੇ, ਆਪਣੇ ਖੇਤੀਬਾੜੀ ਨੂੰ ਲੈ ਕੇ। ਜਦੋਂ ਇਸ ਵਸਤਾ ਜਾਏਗਾ, ਉਸ ਨੂੰ ਇਹ ਰਜੋ ਗੁਣ ਦੇ ਫੁਰਨੇ ਆਉਣਗੇ, ਕੋਈ ਮਿਲੇਗਾ, ਕੋਈ ਇਸ ਤਰ੍ਹਾਂ ਗੱਲ ਚੱਲੇਗੀ, ਕੋਈ ਇਸ ਤਰ੍ਹਾਂ ਚੱਲੇਗੀ, ਉਹ ਮਾਇਆ ਉਸ ਨੂੰ ਦਿਖਾਏਗੀ, ਉਹ ਸੱਚ ਨਹੀਂ ਹੋਏਗਾ। ਜੇ ਕੋਈ ਤਮੋ ਗੁਣ 'ਤੇ ਰਿਹਾ, ਜਿਹਦਾ ਕਿਸੇ ਨਾਲ ਕੋਈ ਵਿਚਾਰਾਂ ਦਾ ਟਕਰਾਅ ਹੋ ਗਿਆ, ਉਹਦੇ ਅੰਦਰ ਦੁਬਧਾ ਰਹੀ, ਉਹਦਾ ਕਿਸੇ ਨਾਲ ਲੜਾਈ ਝਗੜਾ ਰਿਹਾ, ਨਿੰਦਾ ਚੁਗਲੀ ਕਰਦਾ ਰਿਹਾ, ਇੱਥੇ ਜਾ ਕੇ ਫਿਰ ਉਸਨੂੰ ਇਹ ਤਮੋ ਗੁਣੀ ਫੁਰਨੇ ਆਉਣਗੇ। ਉਹ ਤਮੋ ਗੁਣੀ ਫੁਰਨੇ ਜਿਹੜੇ ਚੱਲਣਗੇ ਉਹਦੇ ਮਨ ਦੇ ਵਿੱਚ, ਕਾਮ ਦਾ ਚੱਲ ਪਏਗਾ, ਕ੍ਰੋਧ ਦਾ ਚੱਲ ਪਏਗਾ, ਲੋਭ ਦਾ ਚੱਲ ਪਏਗਾ, ਇਹ ਲਹਿਰਾਂ ਚੱਲਦੀਆਂ ਰਹਿਣਗੀਆਂ, ਜਿਹੋ ਜਿਹੇ ਵਿਚਾਰ ਉਹਦੇ ਅੰਦਰ ਚੱਲਦੇ ਰਹਿ। ਇਸੇ ਤਰ੍ਹਾਂ ਜੇ ਕੋਈ ਸਤੋ ਗੁਣੀ ਹੋ ਗਿਆ, ਹੁਣ ਸਤੋ ਗੁਣੀ ਹੈ ਕੋਈ ਜੀਵ, ਤੁਸੀਂ ਦੇਖਦੇ ਕਈ ਦਫ਼ਾ ਜੀਵ ਕਹਿੰਦਾ ਮੈਂ ਤਾਂ ਉੱਥੇ ਜੀ, ਮੈਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ ਰਿਹਾ ਜਿਸ ਤਰ੍ਹਾਂ ਮੈਂ ਕੁਝ ਸਿਮਰਨ ਕਰਾ ਰਿਹਾ ਕਿਸੇ ਨੂੰ,
जां मैं कथा सुनदा पिया उत्थे जां कोई उत्थे तीर्थां ते रटन करदा जां कोई भी इहो जिहा उहनूं ਉਹ ਜਿਹੋ ਜਿਹਾ ਇੱਥੇ ਵਿਚਰਦਾ ਰਿਹਾ ਉਹ ਹੀ ਮਾਇਆ ਨੇ ਉੱਥੇ ਦਿਖਾਉਣਾ ਸ਼ੁਰੂ ਕਰ ਦਿੱਤਾ। ਇਹ ਸਭ ਮਾਇਆ ਦੇ ਫੁਰਨੇ ਨੇ, ਇਹ ਸੁਪਨੇ ਕਾਸ਼ ਲੋਕ ਵਿੱਚ ਚੱਲਦੇ ਨੇ, ਇਹ ਵੀ ਸੁਪਨਾ ਹੈ ਇੱਕ। ਲੇਕਿਨ ਜਿੱਥੋਂ ਦੀ ਗੁਰਮੁਖਾਂ ਨੇ ਗੱਲ ਕਰਨੀ ਹੈ ਉਹ ਇਸ ਤੋਂ ਉੱਪਰ ਦਾ ਹੈ, ਉਹ ਹੈ ਦਸਵੇਂ ਆਕਾਸ਼ ਦਾ। ਉੱਥੇ ਸੁਪਨਾ ਨਹੀਂ, ਉਹ ਆਪ ਚੱਲਦੇ ਨੇ, ਮਾਇਆ ਨਹੀਂ ਦਿਖਾਉਂਦੀ ਉਹਨਾਂ ਨੂੰ। ਉਹ ਆਪ ਗਿਆਨ ਇੰਦਰੀਆਂ ਦਾ ਇਸਤੇਮਾਲ ਕਰਦੇ ਹੋਏ ਦੇਖਦੇ ਨੇ, ਸੁਣਦੇ ਨੇ ਅਤੇ ਚੱਲਦੇ ਨੇ। ਉਸ ਅਵਸਥਾ ਨੂੰ ਕਹਿੰਦੇ ਨੇ ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜਿਹਵਾ ਬਾਜੋਂ ਬੋਲਣਾ ਇਉਂ ਜੀਵਤ ਮਰਨਾ। ਉੱਥੇ ਜੇ ਆਪਾਂ ਮਿਲੇ ਹੋਵਾਂਗੇ ਇੱਕ ਦੂਸਰੇ ਨੂੰ, ਇੱਥੇ ਤੁਸੀਂ ਆਓਗੇ ਤਾਂ ਤੁਹਾਨੂੰ ਵੀ ਚੇਤਾ ਰਹੇਗਾ, ਦੂਸਰੇ ਨੂੰ ਵੀ ਚੇਤਾ ਰਹੇਗਾ ਵੀ ਆਪਾਂ ਉੱਥੇ ਮਿਲੇ ਹਾਂ। ਇਹ ਫਰਕ ਹੈ ਅਸਲ ਵਿੱਚ ਔਰ ਨਕਲ ਦੇ ਵਿੱਚ, ਵੀ ਉੱਥੇ ਸਾਨੂੰ ਦੋਵਾਂ ਨੂੰ ਯਾਦ ਰਹੇਗਾ, ਚੇਤਾ ਰਹੇਗਾ। ਜੇ ਇੱਕ ਸੁੱਤਾ ਵੀ ਹੋਇਆ ਹੈ ਤਾਂ ਜੇ ਅਸੀਂ ਜਾਗਦੇ ਹਾਂ ਤਾਂ ਸਾਨੂੰ ਚੇਤਾ ਰਹੇਗਾ। ਜਿਸ ਤਰ੍ਹਾਂ ਭਗਤ ਕਬੀਰ ਜੀ, ਉਹਨਾਂ ਦਾ ਕੋਈ ਸਾਥੀ ਸੀ, ਉਹਨਾਂ ਨੇ ਉਸਨੂੰ ਕਿਹਾ ਕਰਨਾ ਕਿ ਉਹ ਨਾਮ ਜਪਿਆ ਕਰ, ਸਿਮਰਨ ਕਰਿਆ ਕਰ। ਤਾਂ ਉਸਨੇ ਕਦੀ ਧਿਆਨ ਨਹੀਂ ਦਿੱਤਾ, ਉਹ ਰਜੋ ਗੁਣ 'ਤੇ ਰਿਹਾ ਵੀ ਕਰਮ ਦੇ ਨਾਲ ਬੱਝਾ ਰਿਹਾ, ਉਹ ਦੇਹ ਛੱਡ ਗਿਆ। ਹੁਣ ਜਦੋਂ ਦੇਹ ਛੱਡ ਗਿਆ ਕਿਸੇ ਨਵੇਂ ਆਕਾਰ ਵਿੱਚ ਚਲਾ ਗਿਆ, ਅਤੇ ਸਾਰੇ ਹੀ ਆਕਾਰ ਜਿੰਨੇ ਵੀ ਨੇ ਰਾਤ ਨੂੰ 84 ਲੱਖ ਦੇ ਵੀ, ਉਹ ਰਾਤ ਨੂੰ ਇਹ ਸਰੀਰ ਨੂੰ ਛੱਡ ਜਾਂਦੇ ਹਾਂ, ਅਸੀਂ ਇੱਥੇ ਆ ਜਾਂਦੇ ਹਾਂ। ਇਹ ਹੈ ਸੁਨ ਮੰਡਲ, ਅਤੇ ਇੱਥੇ ਕੋਈ ਆਕਾਰ ਨਹੀਂ ਹੁੰਦਾ, ਇੱਥੇ ਅਸੀਂ ਸਾਰੇ ਹੀ ਪ੍ਰਕਾਸ਼ ਰੂਪ ਹੁੰਦੇ ਹਾਂ। ਇੱਥੇ ਕੋਈ ਵੀ ਆਕਾਰ ਦਾ ਭੇਦ ਵੱਖਰਾ ਨਹੀਂ, ਨਾ ਕੋਈ ਔਰਤ ਹੈ, ਨਾ ਮਰਦ ਹੈ, ਨਾ ਜਵਾਨ ਹੈ, ਨਾ ਬਜ਼ੁਰਗ ਹੈ, ਐਸਾ ਨਹੀਂ ਪਛਾਣਿਆ ਜਾ ਸਕਦਾ। ਹੁਣ ਇੱਥੇ ਬੈਠੇ ਨੇ ਸਭਾ ਦੇ ਵਿੱਚ, ਭਗਤ ਜੀ ਨੇ ਦੇਖਿਆ ਉਸਨੂੰ ਅਤੇ ਉਹਨਾਂ ਦਾ ਧਿਆਨ ਪੈ ਗਿਆ ਅਤੇ ਪਛਾਣ ਲਿਆ ਉਹਨਾਂ, ਗੁਰਮੁਖਾਂ ਨੂੰ ਭੇਦ ਹੁੰਦਾ ਹੈ। ਅਤੇ ਜਦੋਂ ਦੇਖਿਆ ਅਤੇ ਉਹ ਜਦੋਂ ਵਾਪਸ ਆਉਣ ਲੱਗਾ, ਸਵੇਰੇ ਇਸ ਇਲਾਕੇ ਵਿੱਚ ਆਉਣਾ ਹੈ ਖੇਡਣ ਵਾਸਤੇ, ਦਿਵਸ ਰਾਤ ਦੁਦਾਈ ਦਾ ਖੇਲੇ ਸਕਲ ਦੇ, ਅਤੇ ਪਾਉਣ ਵਿੱਚ ਪ੍ਰਵੇਸ਼ ਹੋਇਆ ਅਤੇ ਭਗਤ ਉਹਦਾ ਪਿੱਛਾ ਕਰਨ ਲੱਗ ਪਏ, ਇਥਵਾਰ ਨੇ ਉਹ ਪਿੱਛਾ ਕਰਦੇ ਰਹੇ ਉਹਦਾ, ਦੇਖਦੇ ਹਾਂ ਕਿਸ ਆਕਾਰ ਵਿੱਚ ਜਾਂਦਾ ਹੈ। ਅਤੇ ਉਹਨਾਂ ਨੇ ਜੇ ਦੇਖਿਆ ਤਾਂ ਉਹ ਪਿੱਛਾ ਕੀਤਾ, ਉਹ ਕਿਸੇ ਬਲ ਦੇ ਆਕਾਰ ਵਿੱਚ ਆ ਕੇ ਪ੍ਰਵੇਸ਼ ਕਰ ਗਿਆ, ਆਉਂਦੇ ਤੁਹਾਡਾ ਭਲਾ ਹੋ ਜੇ। ਪੇਸਾਂ ਜਿਹੜੀ ਇਹਦੀ ਇੱਛਾ ਸੀ ਉਹ ਹੀ ਇਹਨੂੰ ਮੌਕਾ ਮਿਲ ਗਿਆ ਰਜੋਗੁਣ ਦੇ, ਫਿਰ ਉਹਦੇ ਨਾਲ ਗੱਲਬਾਤ ਵੀ ਕੀਤੀ ਬਾਅਦ 'ਚ। ਸੋ ਇਸੇ ਤਰ੍ਹਾਂ ਅਸੀਂ ਰਾਤ ਨੂੰ ਛੱਡ ਗਏ, ਫਿਰ ਆ ਗਏ। ਹੁਣ ਜਿਹੜੇ ਗੁਰਮੁਖ ਨੇ ਇਸ ਸੁਨ ਮੰਡਲ ਵਿੱਚ ਪ੍ਰਵੇਸ਼ ਹੋ ਜਾਂਦੇ ਨੇ ਅਤੇ ਜਾਗਤ ਅਵਸਥਾ ਦੇ ਵਿੱਚ, ਅਤੇ ਪਾਤਸ਼ਾਹ ਕਹਿੰਦੇ ਤੁਸੀਂ ਉਹਨਾਂ ਕੋਲ ਬੈਠਣਾ ਜਿਹੜੇ ਤੁਹਾਨੂੰ ਇੱਥੋਂ ਦੀ ਕੋਈ ਗੱਲ ਸੁਣਾਉਣ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ। ਉਹ ਫਿਰ ਸੁਣਾਉਂਦੇ ਨੇ ਵੀ ਅਸੀਂ ਇੱਥੇ ਕਿਵੇਂ ਪ੍ਰਵੇਸ਼ ਹੁੰਦੇ ਹਾਂ, ਇਸ ਇਲਾਕੇ ਦੇ ਵਿੱਚ ਅਸੀਂ ਕਿਵੇਂ ਜਾਂਦੇ ਹਾਂ। ਉਹ ਫਿਰ ਸਾਨੂੰ ਸਮਝਾਉਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸੰਤ, ਸਾਧੂ, ਗੁਰਮੁਖ, ਭਗਤ, ਸਾਧ। ਜਿਹੜਾ ਕੋਈ ਇਸ ਇਲਾਕੇ ਦੀ ਗੱਲ ਸੁਣਾ ਦਿੰਦਾ ਹੈ ਮਾਇਆ ਦੀ, ਉਹ ਕੱਚੀ ਗੱਲ ਹੁੰਦੀ ਹੈ, ਉਹ ਨਹੀਂ ਸੁਣਨੀ ਹੁੰਦੀ। ਅਤੇ ਮਹਾਰਾਜ ਕਹਿੰਦੇ ਉਹ ਕੱਚੇ ਪਿੱਲੇ ਜਿਹੜੇ ਨੇ ਇੱਥੋਂ ਦੀਆਂ ਗੱਲਾਂ ਕਰਦੇ ਨੇ, ਆਕਾਸ਼ ਲੋਕ ਦੀਆਂ, ਉਹ ਇੱਥੇ ਜੋ ਤੁਹਾਡੇ ਨਾਲ ਵਾਪਰੇਗਾ ਇੱਥੋਂ ਦੀ ਗੱਲ ਦੱਸਣਗੇ, ਪਰ ਉਹ ਅਸਲ ਨਹੀਂ ਹੁੰਦਾ, ਉਹ ਮਾਇਆ ਦਿਖਾਉਂਦੀ ਹੈ। ਇਹ ਫਰਕ ਹੈ। ਹੁਣ ਇਸ ਇਲਾਕੇ ਵਿੱਚ ਕਿਵੇਂ ਅਸੀਂ ਪ੍ਰਵੇਸ਼ ਹੋਣਾ, ਫਿਰ ਉਹ ਸ਼ੁਰੂ ਕਰਦੇ ਨੇ ਆਪਾਂ ਨੂੰ ਸਮਝਾਉਂਦੇ ਨੇ। ਆਉਂਦੇ ਨੇ ਉਹ ਜਿਹੜਾ ਅਲੱਗ ਹੈ ਜਿੱਥੇ ਇਹਨਾਂ ਗਿਆਨ ਇੰਦਰੀਆਂ ਦੁਆਰਾ ਆਪਾਂ ਨਹੀਂ ਪਹੁੰਚ ਸਕਦੇ, ਅਤੇ ਉੱਥੇ ਕਿਵੇਂ ਪਹੁੰਚਣਾ ਹੈ ਉਹ ਸਮਝਾਉਂਦੇ ਆਪਾਂ ਨੂੰ ਦੱਸਦੇ ਨੇ। ਆਉਂਦੇ ਅਦ੍ਰਿਸ਼ਟ ਅਗੋਚਰ,
पकड़िया गुर शब्दी सतगुर कै बलहार ने आंदे ने जो वह ज्ञान इंद्रियां दी पहुँच तो परे है इस काय तो परे है उन्हों असी शब्द द्वारा पकड़ते हाँ शब्द द्वारा असी जागते हाँ तो शब्द दे नाल किवें जुड़ना है वह फिर आपनों अभ्यास कराउंदे ने आओ किस तरह आपां दे छड़नी है ये नाल नाल तुसीं सिख लो। कई दफा जीव दे विचार बड़े बढ़ जाते हैं फुरने बढ़ जाते हैं अजकल ये भी तुसीं अगे जा के कराउना है जे तुहानू कोई मिले भी कई नींद दी गोली खांदे ने कोई एक कोई दो ऐसा भी खांदा है उन्होंने तुसीं कुंभ किरिया कराया करो भी ऐसा अभ्यास कराउना है लंबा श्वास लैना ते छड़ना लंबे पै के लगातार जे ऐसा वह कुंभ किरिया करनगे लंबे श्वास लैके छड़दे जाणगे ते हौली हौली अपना ध्यान कन्नां दे विच रखना ते बिल्कुल ही रिलैक्स हुंदा जाएगा। ते जे आपां शरीर छड़ना है ते किवें छड़ना उहदे वास्ते है जो सिमरन करना ते लंबी धुन पैदा करनी लंबी धुन पे बोलना लंबी आवाज विच वाहगुरु ऐसा बिल्कुल रिलैक्स हुंदा जाएगा नशा जिहा खुमारी जी चढ़ती जाएगी। जिस कल किसी बीबी जी का फोन आया पूछ रहे कहते भी अभ्यास करते हैं भी ऐसा मैनू नशा चढ़िया रहिंदा खुमारी जी चढ़ी रहिंदी है भी हर वक्त चाव जिहा बने रहिंदा अंदर भी वेखना वाले कहिंदे ने पता नहीं की गल हो गई भज्जे ही फिरदे ने। सो ये विचारां दे बोझ दे विच ही मन दुखी है अज दा जिहड़ा मनुख है विचारां दे बोझ थले दबिया होया है ते काल उस नूं दुखी कर रहा है परेशान कर रहा है विचार ही इन्ने ने वह अपने आप नूं बज्जा बज्जा महसूस करता है ना खुल के किसी नाल गल करता है ना कोई किसी कोई एहो जिहा काम करन नूं किसी दा जी करता है मतलब कि वह विचार ज़्यादा वध जांदे ने ते विचारां दे बंधन तो निकलण वास्ते है सिमरन। आओ आपां नाल नाल थोड़ा प्रैक्टिकल भी करिए नाल फिर आपां ये समझांगे भी किसा ये अगे खेल चलता है। आओ सारे नवे गुरमुख ने जेडे नेत्र बंद रखने ने अखा नहीं खोलनिया शरीर का चेता भुलना है मकसद है अपना ये भी शरीर का चेता भुलता जाए सानू। आओ सारे करो शुरू वाहगुरु इना सहज में चले जाना है कि बिल्कुल वहीं ये साडा संबंध इन्हां नौ दरां दे नालों टुट जाए मन सहज अवस्था विच प्रवेश सहज अवस्था दे विच जुड़न दे नाल मन नूं सुख मिलेगा। जिन्ना असी सहज विच विचरांगे मन नूं खुराक मिलेगी सहज विच्चों क्योंकि मन की खुराक सहज घर विच रखी हुई है सहज पके सो मिठा होए सहज विच बैठन दे नाल मन का सुभाव बदलेगा सहज विच रहन दे नाल इहदी विवेक बुद्ध होनी शुरू हो जाएगी सहज घर दे विच बैठन दे नाल सुख मिलेगा। सहज घर है पौन तो थोड़ा जिहा उपर जिथे पौन रुकती है नाभी दे उस तो अगले पासे इथों जिथों पौन हेठां आ जाती है इस उपर थोड़ा जिहा जिवें जिवें मन ये सहज विच विचरन लग पिया ते फिर महाराज सच्चे पातशाह गुरबाणी विच समझाउंदे ने कि सहज दे विच जिहड़ा विचरदा है वह गुरमुख है सहजे जागे सहजे सोवे गुरमुख अणदिन उस्तत होवे वो सहज विच विचरदा है और मालक दी उस्तत करन लग जांदा है उहदा सुभाव बदल गया।
ਉਹਨੂੰ ਸੁੱਖ ਮਿਲਦਾ ਹੈ। ਜਿਹੜਾ ਮਨ ਸਹਿਜ ਵਿੱਚ ਨਹੀਂ ਗਿਆ ਉਹਦੇ ਬਾਰੇ ਆਪਾਂ ਵਿਚਾਰ ਕਰਦੇ ਹਾਂ। ਉਹ ਤ੍ਰੈ ਗੁਣਾਂ ਦੇ ਵਿੱਚ ਹੈ ਤੇ ਤ੍ਰੈ ਗੁਣਾਂ ਦੇ ਵਿੱਚ ਮਨ ਉਹਦੀ ਕੀ ਹਾਲਤ ਹੈ? ਜੀਓ ਤਪਤ ਹੈ ਬਾਰੋ ਬਾਰ। ਮਨ ਜਿਹੜਾ ਹੈ ਉਹ ਦੁਖੀ ਹੈ, ਤਪ ਰਿਹਾ ਹੈ, ਪਰੇਸ਼ਾਨ ਹੋ ਰਿਹਾ ਹੈ ਤੇ ਤਪ ਤਪ ਖਪੇ ਬਹੁਤ ਬੇਕਾਰ। ਹੁਣ ਤਪ ਰਿਹਾ ਹੈ, ਖਪ ਰਿਹਾ ਹੈ, ਪਰੇਸ਼ਾਨ ਹੋ ਰਿਹਾ ਹੈ ਤੇ ਕਿੱਥੇ ਹੈ? ਆ ਤਿੰਨਾਂ ਗੁਣਾਂ ਦੇ ਵਿੱਚ। ਕੋਈ ਰਜੋ ਗੁਣ ਤੇ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਖਪਦਾ ਪਿਆ ਹੈ। ਉਹਦੇ ਅੰਦਰ ਤ੍ਰਿਸ਼ਨਾ ਦੀਆਂ ਲਹਿਰਾਂ ਇੰਨੀਆਂ ਜ਼ਿਆਦਾ ਪ੍ਰਗਟ ਹੋ ਗਈਆਂ, ਉਹ ਦੁਖੀ ਹੋ ਰਿਹਾ ਹੈ। ਤ੍ਰਿਸ਼ਨਾ ਦੀ ਪੂਰਤੀ ਹੁੰਦੀ ਨਹੀਂ ਹੈ, ਮਨ ਪਰੇਸ਼ਾਨ ਹੋ ਰਿਹਾ ਹੈ। ਤੇ ਤ੍ਰਿਸ਼ਨਾ ਕਦੋਂ ਪੈਦਾ ਹੁੰਦੀ ਹੈ? ਜਦੋਂ ਰਜੋ ਗੁਣ 'ਤੇ ਆਉਂਦਾ ਹੈ। ਰਜੋ ਗੁਣ 'ਤੇ ਆ ਕੇ ਇਸ ਨੇ ਸ਼ਬਦ ਨਾਲ ਜੁੜਨਾ ਸੀ ਅਤੇ ਇਹਦੇ ਅੰਦਰ ਤ੍ਰਿਸ਼ਨਾ ਨਹੀਂ ਸੀ ਪੈਦਾ ਹੋਣੀ। ਸ਼ਬਦ ਨਾਲ ਨਹੀਂ ਜੁੜਿਆ, ਤ੍ਰਿਸ਼ਨਾ ਦੀਆਂ ਲਹਿਰਾਂ ਚੱਲ ਪਈਆਂ ਅਤੇ ਪਾਤਸ਼ਾਹ ਕਹਿੰਦੇ ਕਿਉਂ ਦੁਖੀ ਹੋ ਰਿਹਾ? ਉਹਦਾ ਕਾਰਨ ਹੈ। ਬਹੁਤੇ ਜੀਵ ਕਹਿੰਦੇ ਨੇ ਕਿ ਮੈਂ ਫਲਾਨੇ ਹੱਥੋਂ ਦੁਖੀ ਹਾਂ, ਕੋਈ ਕਹਿੰਦਾ ਮੈਂ ਇਹਦੇ ਹੱਥੋਂ ਦੁਖੀ ਹਾਂ, ਇਹ ਮੈਨੂੰ ਪਰੇਸ਼ਾਨ ਕਰਦਾ ਹੈ। ਹੁਣ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲਾਏ। ਹੁਣ ਇਹ ਜਿਹੜਾ ਮਨ ਹੈ ਇਹ ਜਿਉਂ ਹੀ ਸਹਿਜ ਤੋਂ ਬਾਹਰ ਆਇਆ ਇਹਦਾ ਵਿਛੋੜਾ ਅਨਹਦ ਬਾਣੀ ਦੇ ਨਾਲੋਂ ਪੈ ਗਿਆ। ਸਹਿਜ ਵਿੱਚ ਅਨਹਦ ਬਾਣੀ ਚੱਲ ਰਹੀ ਹੈ, ਸਹਿਜ ਵਿੱਚ ਲਗਾਤਾਰ ਸ਼ਬਦ ਚੱਲ ਰਹੇ ਨੇ। ਅਨਹਦ ਸ਼ਬਦ ਦੇ ਨਾਲ ਜੁੜਿਆ ਹੋਣ 'ਤੇ ਇਸ ਨੂੰ ਖੁਰਾਕ ਮਿਲਦੀ ਰਹਿੰਦੀ ਹੈ। ਇਹ ਸ਼ਬਦ ਨਾਲ ਲਿਵ ਟੁੱਟੀ ਅਤੇ ਇਹਦਾ ਸੰਪਰਕ ਇਸ ਮਾਇਆ ਨਾ ਹੋ ਗਿਆ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲਾਏ। ਹੁਣ ਸ਼ਬਦ ਨਾਲ ਟੁੱਟਣ 'ਤੇ, ਸਹਿਜ ਤੋਂ ਬਾਹਰ ਆਉਣ 'ਤੇ ਇਹਦੇ ਅੰਦਰ ਵਿਚਾਰ ਪੈਦਾ ਹੋ ਗਿਆ। ਫੁਰਨੇ ਚੱਲ ਰਹੇ ਨੇ, ਵਿਚਾਰ ਚੱਲ ਰਹੇ ਨੇ ਅਤੇ ਇੰਨੇ ਵਿਚਾਰ ਚੱਲ ਪਏ ਇਹਨੂੰ ਹੁਣ ਸਹਿਜ ਨਹੀਂ, ਸ਼ਾਂਤੀ ਨਹੀਂ, ਇਹਨੂੰ ਭਟਕਣਾ ਲੱਗ ਪਈ। ਇਹ ਹੁਣ ਵਿਚਾਰਾਂ ਦੇ ਵਿੱਚ ਬੋਲੀ ਜਾਂਦਾ ਹੈ। ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਹੁਣ ਜਿਹੜਾ ਇਸ ਨੂੰ ਭੇਜਣ ਵਾਲਾ ਹੈ, ਜੋ ਇਹਦਾ ਮਾਤਾ ਪਿਤਾ ਹੈ, ਨਿਰੰਕਾਰ ਹੈ, ਉਹ ਦੇਖ ਰਿਹਾ ਹੈ ਕਿ ਬੱਚਾ ਸ਼ਬਦ ਨਾਲੋਂ ਟੁੱਟ ਗਿਆ ਅਤੇ ਸ਼ਬਦ ਨੂੰ ਟੁੱਟ ਕੇ ਦੁਖੀ ਹੋ ਰਿਹਾ ਹੈ ਅਤੇ ਚਲਾ ਗਿਆ ਵਿਕਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਅਤੇ ਐਂ ਦੁਖੀ ਹੋ ਰਿਹਾ ਜਿਸ ਤਰ੍ਹਾਂ ਕੋਈ ਰੋਗੀ ਦੁਖੀ ਹੁੰਦਾ ਹੈ। ਅਤੇ ਕਿਹੜਾ ਰੋਗ ਲੱਗਾ ਹੋਇਆ ਇਸਨੂੰ? ਆ ਜਿਹੜੇ ਸੈਂਸ, ਚਿੰਤਾ, ਫੁਰਨੇ, ਔਰ ਇਹਦੇ ਵਿੱਚ ਚੱਲਦਿਆਂ ਚੱਲਦਿਆਂ ਜਦੋਂ ਸ਼ਬਦ ਨਾਲੋਂ ਵਿਛੋੜਾ ਪੈ ਗਿਆ, ਇਹ ਵੱਖ ਹੋ ਗਿਆ, ਇਹਨੂੰ ਚੇਤਾ ਭੁੱਲ ਗਿਆ ਕਿ ਮੈਨੂੰ ਇੱਥੇ ਭੇਜਣ ਵਾਲਾ ਕੌਣ ਹੈ। ਇਹਨੇ ਸਰੀਰ ਨੂੰ ਆਪਣਾ ਸਮਝਣਾ ਸ਼ੁਰੂ ਕਰ ਲਿਆ ਕਿ ਮੈਂ ਹੀ ਹਾਂ ਸਾਰਾ ਕੁਛ, ਅਤੇ ਸਭ ਤੋਂ ਵੱਡਾ ਰੋਗ ਇਸ ਨੂੰ ਲੱਗ ਗਿਆ। ਅਤੇ ਕਿਹੜਾ ਰੋਗ ਲੱਗ ਗਿਆ? ਹਉਮੈ ਰੋਗ ਮਾਨੁਹ ਕੋ ਦੀਨਾ। ਇਹ ਸਮਝਦਾ ਹੈ ਕਿ ਮੈਂ, ਆਹ ਸਰੀਰ ਮੇਰਾ ਹੈ, ਇਹ ਮੇਰਾ ਸਰੀਰ ਹੈ, ਸਭ ਤੋਂ ਵੱਡਾ ਦੁਖੀ ਇਹ ਹੈ। ਇਸ ਨੂੰ ਇਹ ਗਿਆਨ ਨਹੀਂ ਕਿ ਮੈਂ ਸਰੀਰ ਨਹੀਂ ਹਾਂ।
मैं इथों का रहने वाला नहीं हाँ, इनू नहीं पता, ये अपने घर नू पल्ला है ते दूसरे दे घर नू अपना समझदा पिया। हुण महाराज सच्चे पातशाह कहिंदे मनमुख की अवस्था बन गई, यह शरीर सब मूल है माया, ये माया का मूल है, इथों माया शुरू होंदी है। इसने अपना समझ लिया, दूजे पाए परम भलाया, जेड़ा सही दा मार्ग सी लिवदा रस्ता, सहज विच जाण दी बजाए ये दूसरे रस्ते चलदा है। इस रस्ते चलदा होया अपनियां ज्ञान इंद्रियां दा इस्तेमाल करना भुल जांदा है। जिन कन कीते अखी नाक, जिन्हें कन दिते ने, कानों ने इस करके दिते से फिर मेरी आवाज न सुनदा रवे, ए श्रवणो मेरेओ साचे सुनने नो पठाए, साचे सुनने नो पठाए शरीर लाए सुनो सत बाणी। जेत सुनी मन तन हरिया होआ रसना रस समाणी। कन्ना दा इस्तेमाल करना ही भुल गया, उसने दिता मौका भी मेरी आवाज नूं सुनदा रवे, सत बाणी अनहद बाणी नूं जो पार ब्रह्म दे मुख दी आवाज है वह सुनदा रवे, ते अनहद बाणी दे नाल जुड़िया रवे, इनू खुराक मिलेगी, अमृत रस आवेगा। मन दी खुराक नाम दे विच्चों पैदा होंदी, शब्द विच्चों पैदा होंदी, जिसां शरीर दी खुराक इस पौण दे विच्चों जदों मन आउंदा है इस इलाके विच्चों इस नूं मिलदी है। मन दी जिहड़ी खुराक है वह शब्द तो प्रगट होंदी है, ते जे इस शब्द नाल जुड़िया ते इस नूं रस आउणा अमृत रस। इस करके ने जिन कन कीते अखी, अखां दित्तियां ने, इन्हें नेत्रां दा इस्तेमाल जदों करना धीरी दा, ते धीरी दा इस्तेमाल करदिआं करदिआं पार ब्रह्म नूं देखना। पार ब्रह्म दे दो रूप ने, एक सरगुण है दूसरा निर्गुण है, इन्हें दोहां रूपां नूं देखना है, सरगुण निर्गुण निरंकार। जे ये धीरी का आप इस्तेमाल करेगा, इस करके इसनों ये नेत्र देते ने, धीरी दे विच बैठना है इसने, ते बैठ के इसने पार ब्रह्म दे दोवें रूपां दे दर्शन करने, निर्गुण दे भी सरगुण दे भी। पर ये भुला, इनू इस्तेमाल ही नहीं करना आउंदा, इस धीरी का इस्तेमाल काम ने करना शुरू कर दिता, उन्हें दूसरा देखना शुरू कर दिता। जिन जेहवा दिती बोले तात, रसना दिती है ऐसा इलाके दे विच जिथे इसने विचरना है, उदे गुण गाउणे ने, ये तो मौका मिले है उन्हों देखना ते उदे गुण गाउणे, जब देखा तब गावा। देखना है तो उहदे गुण गाउणे ने, किहदे गुण गाउणे ने, होर किसे दे नहीं, जिहड़ा इत्थे भेजण वाला है। तो सानू इत्थे भेजण वाला कौन है? हाँ जी, सारिआं नूं इत्थे भेजण वाला कौन है? निरंकार, जिसने ये मौका प्रदान किया। पर उहदे गुण गाउण दी बजाए यह माया ना इन्ना संपर्क रखता है, जे कोई माया दी लोड़े दी पूरी कर दिंदा है तो उहदे गुण गाउणे शुरू कर दिंदा है। इत्थे जे कोई इहदी थोड़ी बहुत मदद कर दे तो उहदा बड़ा याद करदा, उसनूं उहनूं कहेगा बड़ा भला आदमी है, बड़ा चंगा है, इहने मेरी बांह फड़ी है। उहदे बांह ते उहने तां फड़ी जे तेरी बांह हैगी सी, ते जे तैनूं वो बांह ही ना दिंदा ते तेरी बांह कितां फड़दा, वो जे तैनूं शरीर ही ना दिंदा। तां
ਉਹਦੇ ਨਹੀਂ ਗੁਣ ਗਾ ਰਿਹਾ, ਇੱਥੇ ਮਾਇਆ ਦੀ ਕਿਸੇ ਨੇ ਪੂਰਤੀ ਕਰ ਦਿੱਤੀ। ਉਹਦਾ ਆਪਾਂ ਬੱਚਿਆਂ ਨੂੰ ਵੀ ਸਿਖਾਉਂਦੇ ਹਾਂ ਵੀ ਜੇ ਤੁਹਾਨੂੰ ਕੋਈ ਚੀਜ਼ ਦਿੰਦਾ ਇਸ ਨੂੰ ਥੈਂਕ ਯੂ ਕਰੋ, ਉਹਨੂੰ ਧੰਨਵਾਦ ਕਰੋ, ਅੱਛੀ ਗੱਲ ਹੈ, ਇਹ ਮੈਨਰ ਚੰਗੇ ਨੇ। ਪਰ ਸਭ ਤੋਂ ਭਲਾ ਉਦਮ ਹੈ ਕਿ ਜੇ ਅਸੀਂ ਪਾਰ ਬ੍ਰਹਮ ਦਾ ਸ਼ੁਕਰ ਕਰਾਂਗੇ, ਜਿਨ ਕਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ। ਫਿਰ ਇਸ ਨੂੰ ਚੇਤਾ ਕਰਾਉਂਦੇ ਨੇ ਅਗਨੀ ਪਾਏ, ਵੀ ਮਾਤਾ ਦੇ ਉਦਰ ਦੇ ਵਿੱਚ ਜਿੱਥੇ ਅਗਨ ਦੇ ਭਾਂਬੜ ਮੱਚ ਰਹੇ ਸੀ, ਜਦੋਂ ਤੇਰੀ ਜੋਤ ਉੱਥੇ ਭੇਜੀ ਤਾਂ ਤੇਰੀ ਉੱਥੇ ਰੱਖਿਆ ਕੀਤੀ ਉਹਨਾਂ ਨੇ ਅਗਨ ਦੇ ਵਿੱਚ, ਅਤੇ ਆਖਿਆ ਰੱਖਿਆ ਕਰਕੇ ਇਹ ਪਾਉਣ ਦੁਆਰਾ ਸਰੀਰ ਤਿਆਰ ਕੀਤਾ, ਅਤੇ ਹੁਣ ਇੱਥੋਂ ਸਵਾਸ ਦੇ ਰਹੇ ਨੇ ਪਾਉਣ, ਅਤੇ ਤੂੰ ਇਸ ਸਰੀਰ ਦਾ ਵੀ ਇਸਤੇਮਾਲ ਕਰਦਾ ਪਿਆ ਹੈ। ਵਾਜੇ ਪਾਉਣ ਆਖੇ ਸਭ ਜਾਏ, ਅਤੇ ਹੁਣ ਸਵਾਸ ਚੱਲ ਰਹੇ ਨੇ, ਅਤੇ ਤੈਨੂੰ ਇਹ ਕਾਇਆ ਵੀ ਦੇ ਦਿੱਤੀ ਉਹਨਾਂ ਨੇ, ਸਰੀਰ ਸੋਹਣਾ ਸੁੰਦਰ ਰਚ ਕੇ ਦੇ ਦਿੱਤਾ, ਅਤੇ ਤੂੰ ਆਪਣੀ ਜੋਤ ਦਾ ਇਸਤੇਮਾਲ ਕਰਦੇ ਹੋਇਆਂ ਅਤੇ ਪਰਮਾਤਮਾ ਦੇ ਬਾਰੇ ਇੱਕ ਵੀ ਸ਼ਬਦ ਜਿਹੜਾ ਹੈ ਉਹ ਉਚਾਰਨ ਨਹੀਂ ਕੀਤਾ। ਕਦੇ ਵੀ ਉਸ ਪਰਮਾਤਮਾ ਦੇ ਬਾਰੇ ਕੋਈ ਤੂੰ ਵਿਚਾਰ ਆਪਣੇ ਪ੍ਰਗਟ ਨਹੀਂ ਕੀਤਾ। ਹਮੇਸ਼ਾ ਦਾਗ ਦੋਸ਼ ਮੂੰਹ ਚੱਲਿਆ ਜਾਏ ਲਾਏ, ਹਮੇਰਾ ਹਮੇਸ਼ਾ ਹੀ ਉਸਨੂੰ ਦੋਸ਼ ਦਿੱਤੇ ਨੇ, ਹਮੇਸ਼ਾ ਹੀ ਉਹਦੇ ਵਿੱਚ ਕੋਈ ਨਾ ਕੋਈ ਤੂੰ ਖੁਨਾਮੀ ਕੱਢੀ ਹੈ, ਹਮੇਸ਼ਾ ਹੀ ਕੋਈ ਨਾ ਕੋਈ ਇਹੋ ਜਿਹਾ ਸ਼ਬਦ ਬੋਲਿਆ ਕਿ ਪਰਮਾਤਮਾ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ। ਇਹ ਕੈਸੀ ਅਕਲ ਹੈ, ਇਹ ਕੈਸੇ ਬਚਨ ਤੋਂ ਬੋਲੇ ਨੇ, ਇਹ ਜੋ ਤੂੰ ਬੋਲੇ ਨੇ ਇਹ ਤੇਰੇ ਮਨ ਦੀ ਪੱਟੀ ਦੇ ਉੱਪਰ ਲਿਖੇ ਹੋਏ ਨੇ, ਅਤੇ ਜਦੋਂ ਤੂੰ ਜਾਣਾ ਹੈ ਉੱਥੇ ਇਹ ਤੇਰੀ ਪੱਟੀ ਪੜ੍ਹ ਕੇ ਸੁਣਾਈ ਜਾਏਗੀ ਤੈਨੂੰ, ਅਤੇ ਤੂੰ ਕੀ ਲਿਖਿਆ ਹੋਇਆ ਹੈ, ਕੀ ਲਿਖ ਰਿਹਾ ਹੈ ਆਪਣੇ ਉੱਪਰ। ਜਿਸ ਨੇ ਤੈਨੂੰ ਮੌਕਾ ਦਿੱਤਾ ਹੈ, ਵਾਰੀ ਦਿੱਤੀ ਹੈ, ਉਹਦੇ ਵੱਲ ਤੂੰ ਧਿਆਨ ਨਹੀਂ ਕੀਤਾ, ਅਤੇ ਇੱਥੇ ਹੁਣ ਜਿਹੜੀ ਤੂੰ ਇਸਤੇਮਾਲ ਕਰਦਾ ਪਿਆ ਹੈ ਅਕਲ ਦਾ, ਅਤੇ ਉਸ ਅਕਲ ਦਾ ਇਸਤੇਮਾਲ ਕਰਦਾ ਹੋਇਆ ਆਪਣੇ ਮਾਤਾ ਪਿਤਾ ਦੇ ਉਲਟ ਅਤੇ ਆਪਣੇ ਖਿਲਾਫ ਹੀ ਲਿਖਦਾ ਪਿਆ ਹੈ। ਇਹ ਕੈਸੀ ਅਕਲ ਹੈ ਤੇਰੀ, ਇਹ ਕੈਸੀ ਸਿਆਣਪ ਹੈ, ਨਾ ਤੈਨੂੰ ਅੱਖਾਂ ਦਾ ਇਸਤੇਮਾਲ ਕਰਨਾ ਆਉਂਦਾ ਹੈ, ਨਾ ਤੈਨੂੰ ਸ਼ਰਵਣਾਂ ਦਾ ਇਸਤੇਮਾਲ ਕਰਨਾ ਆਉਂਦਾ ਹੈ, ਨਾ ਤੈਨੂੰ ਰਸਨਾਂ ਦਾ ਇਸਤੇਮਾਲ ਕਰਨਾ ਆਉਂਦਾ ਹੈ, ਨਾ ਤੈਨੂੰ ਮਨ ਦੀ ਪੱਟੀ ਲਿਖਣੀ ਆਉਂਦੀ ਹੈ। ਮਨ ਦੀ ਪੱਟੀ ਤਾਂ ਲਿਖਣੀ ਜਾਣੀ ਨਹੀਂ, ਅਤੇ ਹੋਰ ਕਈ ਕੁਛ ਲਿਖਣਾ ਸਿੱਖ ਲਿਆ, ਇਹ ਸਰੀਰ ਨੂੰ ਸਵਾਰਨਾ ਸਿੱਖ ਲਿਆ, ਇਹਨੂੰ ਸਾਫ਼ ਕਰਨਾ ਸਿੱਖ ਲਿਆ, ਇਹਦੇ 'ਤੇ ਤਰ੍ਹਾਂ ਤਰ੍ਹਾਂ ਦੇ ਲਿਬਾਸ ਪਾਉਣੇ ਸਿੱਖ ਲਏ, ਤਾਂ ਇਹੋ ਕੁਝ ਹੀ ਸਿੱਖਿਆ। ਇਹ ਕਿੱਧਰ ਦੀ ਅਕਲ ਹੈ? ਇਹ ਅਕਲ ਤਾਂ ਕਿਸੇ ਕੰਮ ਦੀ ਨਹੀਂ ਕਿ ਚਮੜੇ ਨੂੰ ਸਵਾਰਦੇ ਰਹੇ, ਆਪਣੇ ਆਪ ਦੇ ਸਵਾਰਿਆ ਹੀ ਨਹੀਂ। ਤੋਂ ਆਉਂਦੇ ਨੇ ਕੈਸੀ ਅਵਸਥਾ ਦੇ ਵਿੱਚ, ਦਾਗ ਦੋਸ਼ ਮੂੰਹ ਚੱਲਿਆ ਜਾਏ, ਪਾਉਂਦੇ ਨੇ ਮੂੰਹ ਆਪਣੇ ਦਾਗ ਲਾ ਲਏ, ਕਾਲਾ ਕਰ ਲਿਆ, ਅਤੇ ਦਰਗੇ ਬੈਸਣ ਨਾ ਹੀ ਜਾਏ। ਏਸ਼ਾ ਦੇ ਕੰਮ ਕਰਨ ਦੇ ਨਾਲ ਦਰਗਾਹ ਦੇ ਵਿੱਚ ਤੈਨੂੰ ਥਾਂ ਨਹੀਂ ਮਿਲੇਗੀ। ਹਾਂ, ਇੱਥੇ ਤੂੰ ਬਥੇਰੀ ਥਾਂ ਬਣਾ ਸਕਦਾ ਹੈ ਇਹ ਕਾਲ ਦੇ ਦਾਇਰੇ ਦੇ ਵਿੱਚ, ਜਿੰਨੀ ਮਰਜ਼ੀ ਬਣਾ ਲਾ, ਪਰ ਤੈਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲੇਗਾ, ਦਰਗਾਹ ਦੇ ਵਿੱਚ ਤੈਨੂੰ ਰਹਿਣ ਵਾਸਤੇ ਨਹੀਂ ਮਿਲੇਗਾ, ਤੈਨੂੰ ਮੌਕਾ ਹੀ ਨਹੀਂ ਦਿੱਤਾ ਜਾਏਗਾ, ਕਿਉਂਕਿ ਤੂੰ ਆਪਣੀ ਅਕਲ ਦਾ, ਆਪਣੇ ਨੇਤਰਾਂ ਦਾ, ਆਪਣੀ ਜੋਤ ਦਾ ਸਹੀ ਇਸਤੇਮਾਲ ਕਰਨਾ ਨਹੀਂ ਸਿੱਖਿਆ, ਅਤੇ ਕੈਸੀ ਅਵਸਥਾ ਵਿੱਚ ਚਲਾ ਗਿਆ, ਆਪਣੇ ਖਿਲਾਫ਼ ਹੀ ਲਿਖਣਾ ਸ਼ੁਰੂ ਕਰਦਾ। ਸਾਰਾ ਮਨ ਦੀ ਪੱਟੀ ਦੇ ਉੱਪਰ ਲਿਖਣਾ ਸੀ ਅਤੇ ਕਾਲਖ ਹੀ ਮਲ ਲਈ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਅਕਲ ਵਾਲਾ ਹੈ ਤਾਂ ਮਨ ਦੀ ਪੱਟੀ ਦੇ ਉੱਪਰ ਸਹੀ ਲਿਖਣਾ ਸਿੱਖ ਲੈ, ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰਦੇ। ਹਾਲੇ ਵੀ ਮੌਕਾ ਹੈ, ਜੇ ਕੋਈ ਲਿਖਣਾ ਚੱਜ ਦਾ ਵਿਚਾਰ ਤਾਂ ਗੁਰੂ ਨੂੰ ਪੁੱਛ ਕੇ ਲਿਖ ਲੈ, ਆਪਣੇ ਮਨ ਦੀ ਪੱਟੀ ਦੇ ਉੱਪਰ ਲਿਖ ਲੈ, ਗੁਰੂ ਨੂੰ ਪੁੱਛ ਪਹਿਲਾਂ।
ਵੀ ਮੈਂ ਕੀ ਲਿਖਾਂ ਜਿਸ ਦੇ ਨਾਲ ਦਰਗਾਹ ਦੇ ਵਿੱਚ ਮੈਨੂੰ ਥਾਂ ਮਿਲ ਜੇ। ਇਹ ਜਿਹੜਾ ਕਾਲਖ ਦਾ ਦਾਗ ਮੇਰਾ ਲੱਥ ਜੇ, ਕਹਿੰਦੇ ਗੁਰੂ ਨੂੰ ਪੁੱਛ ਕੇ ਕੁਝ ਲਿਖ ਲਓ। ਦਿਸਾਂ ਹੁਣ ਆਪਾਂ ਸਾਰੇ ਇਕੱਠੇ ਹੋਏ ਹਾਂ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਬੇਨਤੀ ਕਰਦੇ ਹਾਂ ਕਿ ਇਹੋ ਜਿਹੀ ਹਾਲਤ ਹੈ ਤੇ ਕਿਰਪਾ ਕਰੋ, ਸਾਨੂੰ ਨੇਤਰਾਂ ਦਾ ਇਸਤੇਮਾਲ ਕਰਨਾ ਨਹੀਂ ਆ ਰਿਹਾ, ਸ਼ਰਵਣਾਂ ਦਾ ਇਸਤੇਮਾਲ ਕਰਨਾ ਨਹੀਂ ਆ ਰਿਹਾ, ਰਸਾਂ ਦਾ ਵੀ ਇਸਤੇਮਾਲ ਕਰਨਾ ਨਹੀਂ ਆ ਰਿਹਾ, ਤੇ ਕਿਰਪਾ ਕਰੋ। ਤੇ ਗੁਰੂ ਜਦੋਂ ਦੇਖਦਾ, ਉਹਨੇ ਅੰਤਰਗਤ ਦੇਖਿਆ ਸਾਡੇ, ਉਹਨੇ ਦੇਖਿਆ ਵੀ ਇਸਤੇਮਾਲ ਕਿਵੇਂ ਕਰੋਗੇ। ਇਹ ਤੁਹਾਡੇ ਨੇਤਰਾਂ ਦੇ ਉੱਪਰ ਤਾਂ ਜਾਲ ਪਿਆ ਹੋਇਆ ਹੈ, ਇਹ ਜਿਹੜੇ ਸ਼ਰਵਣ ਨੇ ਇਹਨਾਂ 'ਤੇ ਵੀ ਜਾਲ ਪਿਆ ਹੋਇਆ ਹੈ, ਰਸਾਂ 'ਤੇ ਵੀ ਜਾਲ ਹੈ ਅਤੇ ਤੁਹਾਡੇ 'ਤੇ ਵੀ ਪਿਆ ਹੋਇਆ ਹੈ। ਅਤੇ ਜਿੰਨੀ ਦੇਰ ਤੱਕ ਇਹ ਜਾਲ ਨਹੀਂ ਹਟੇਗਾ, ਉਨੀ ਦੇਰ ਤੱਕ ਕੀ ਲਿਖੋਗੇ ਤੁਸੀਂ? ਅਤੇ ਗੁਰੂ ਫਿਰ ਦੱਸਦਾ ਹੈ, ਇਹ ਜਿਹੜਾ ਆਪਾਂ ਨੂੰ ਆ ਦਿਸ ਨਹੀਂ ਨਾ ਰਿਹਾ ਨਿਰੰਕਾਰ ਪਾਰ ਬ੍ਰਹਮ ਅਤੇ ਸਰਗੁਣ ਦੇ ਵਿੱਚ ਵੀ ਨਹੀਂ ਦਿਸਦਾ ਪਿਆ, ਇਹਦਾ ਕਾਰਨ ਹੈ ਜਾਲ ਪਿਆ ਹੋਇਆ ਹੈ ਉੱਪਰ, ਜਿਹੜਾ ਆ ਸ਼ਬਦ ਨਹੀਂ ਸੁਣਦਾ ਕਈਆਂ ਨੂੰ, ਉਹ ਵੀ ਜਾਲ ਪਿਆ ਹੋਇਆ ਹੈ। ਅੰਮ੍ਰਿਤ ਰਸ ਨਹੀਂ ਆਉਂਦਾ, ਉਹ ਵੀ ਜਾਲ ਪਿਆ ਹੋਇਆ ਹੈ। ਅਤੇ ਕਿੱਥੇ ਕਿੱਥੇ ਜਾਲ ਲੱਗਾ ਹੈ, ਕਾਲ ਜਾਲ ਜਿਹਵਾ ਅਰਨੈਣੀ, ਕੰਨੀ ਕਾਲ ਸੁਣੈ ਬਿਖ ਬੈਣੀ। ਨੇਤਰਾਂ 'ਤੇ ਜਾਲ ਹੈ, ਕੰਨਾਂ 'ਤੇ ਹੈ, ਰਸਨਾਂ 'ਤੇ ਹੈ, ਉਹਦੇ ਇਸ ਜਾਲ ਨੂੰ ਪਹਿਲਾਂ ਲਾਉਣਾ ਪਏਗਾ, ਇਸ ਨੂੰ ਸਾੜਨਾ ਪਏਗਾ, ਅਤੇ ਫਿਰ ਹੀ ਤੁਸੀਂ ਕੁਝ ਲਿਖ ਸਕਦੇ ਹੋ। ਹੁਣ ਇਸ ਜਾਲ ਨੂੰ ਜਦ ਤੱਕ ਲਾਉਂਦੇ ਨਹੀਂ, ਸਾੜਦੇ ਨਹੀਂ, ਉਨੀ ਦੇਰ ਤੱਕ ਕੀ ਲਿਖਿਆ ਜਾ ਸਕਦਾ ਹੈ, ਉਨੀ ਦੇਰ ਤੱਕ ਕਿਵੇਂ ਇਸਤੇਮਾਲ ਕਰਾਂਗੇ ਇਹਨਾਂ ਦਾ? ਇਸ ਜਾਲ ਨੂੰ ਲਾਉਣ ਵਾਸਤੇ ਫਿਰ ਗੁਰੂ ਦੱਸਦਾ ਹੈ ਕਿਵੇਂ ਜਾਲ ਲਾਇਆ ਜਾ ਸਕਦਾ, ਕਿਉਂਕਿ ਆਪਾਂ ਤਾਂ ਇਹਨਾਂ ਦਾ ਆਨੰਦ ਹੀ ਨਹੀਂ ਮਾਣ ਸਕੇ ਹਾਲੇ ਤੱਕ ਨੇਤਰਾਂ ਦਾ। ਇਹੋ ਕੁਝ ਹੀ ਦੇਖੀ ਗਏ, ਮਾਇਆ ਦਾ ਹੀ ਆਕਾਰ ਸਭ ਦੇਖੀ ਗਏ। ਕਹਿੰਦੇ ਜਿਸ ਮਕਸਦ ਵਾਸਤੇ ਅੱਖਾਂ ਮਿਲੀਆਂ ਉਹਦਾ ਤਾਂ ਆਨੰਦ ਹੀ ਨਹੀਂ ਮਾਣਿਆ, ਸੁੱਖ ਹੀ ਨਹੀਂ ਮਾਣਿਆ ਤੁਸੀਂ, ਅਤੇ ਪਰਾਇਆ ਹੀ ਦੇਖ ਕੇ ਮੁੜ ਚੱਲੇ ਹੋ, ਅਤੇ ਦੂਸਰੇ ਨੂੰ ਦੇਖ ਕੇ ਕੀ ਕਰੋਗੇ? ਜੇ ਆਪਣੇ ਮਾਤਾ ਪਿਤਾ ਨੂੰ ਨਹੀਂ ਦੇਖਿਆ, ਪਰਬ੍ਰਹਮ ਦੇ ਦਰਸ਼ਨ ਨਹੀਂ ਕੀਤੇ, ਜੇ ਕੰਨਾਂ ਦੇ ਨਾਲ ਉਹਦੀ ਆਵਾਜ਼ ਨੂੰ ਨਹੀਂ ਸੁਣਿਆ, ਅਤੇ ਆਹ ਗੱਲਾਂ ਸੁਣ ਕੇ ਮੁੜ ਚੱਲੇ ਹੋ ਸੰਸਾਰ ਦੇ ਵਿੱਚ, ਇਹੋ ਜਿਹਾ ਤਾਂ ਫਿਰ ਦੂਸਰੀਆਂ ਜੂਨਾਂ 'ਚ ਹੀ ਰਹਿ ਜਾਂਦੇ, ਕੀ ਫਾਇਦਾ? ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣੇ ਨਾਦ ਕਰਨ ਮੁੰਦ ਕਾਲਿਆ। ਇਹੋ ਜਿਹੇ ਕੰਨਾਂ ਦੇ ਵਿੱਚ ਤਾਂ ਕਹਿੰਦੇ ਸਿੱਕਾ ਹੀ ਢਾਲ ਕੇ ਪਾ ਦੇਣਾ ਚਾਹੀਦਾ ਜਿਹੜੇ ਪਰਬ੍ਰਹਮ ਦੀ ਆਵਾਜ਼ ਨਹੀਂ ਸੁਣ ਸਕਦੇ। ਇੰਨਾ ਲੰਮਾ ਸਮਾਂ ਇੱਥੇ ਰਹਿ ਅਤੇ ਸਿੱਖਿਆ ਹੀ ਨਹੀਂ ਕੁਛ, ਅਤੇ ਕੀ ਫਾਇਦਾ ਹੈ ਇਹਨਾਂ ਨੇਤਰਾਂ ਦਾ ਜੇ ਭੇਜਣ ਵਾਲੇ ਦੇ ਦਰਸ਼ਨ ਹੀ ਨਹੀਂ ਕੀਤੇ? ਤਾਂ ਇਹਦੇ ਨਾਲੋਂ ਤਾਂ ਕਹਿੰਦੇ ਫਿਰ ਫਾਇਦਾ ਹੀ ਨਹੀਂ ਸੀ ਆਉਣ ਦਾ, ਤ੍ਰੇਗੀ ਜਨਮ ਲਿਆ ਇੱਥੇ ਤਾਂ। ਜੇ ਉਹਦੀ ਆਵਾਜ਼ ਨਹੀਂ ਸੁਣ ਸਕੇ, ਜੇ ਉਸ ਰਸ ਦਾ ਆਨੰਦ ਹੀ ਨਹੀਂ ਮਾਣ ਸਕੇ, ਤਾਂ ਇਹ ਜਿਹੜੇ ਰਸ ਨੇ ਤਾਂ ਝੂਠੇ ਨੇ। ਇਹ ਤਾਂ ਦੂਸਰੇ ਜਾਨਵਰ ਵੀ ਕਈ ਤਰ੍ਹਾਂ ਦੇ ਰਸ ਖਾਂਦੇ ਨੇ, ਸਰੀਰ ਦੇ ਰਸ ਭੋਗਦੇ ਨੇ। ਦਿਸਾਂ ਮਾਰੇ ਸੱਚੇ ਪਾਤਸ਼ਾਹ ਦੱਸੇ ਨੇ ਬਾਣੀ ਵਿੱਚ ਵੀ ਐਸੀ ਅਵਸਥਾ ਦੇ ਵਿੱਚ ਕਈ ਤਰ੍ਹਾਂ ਦੇ ਰਸ ਨੇ ਖਾ ਰਹੇ ਨੇ ਜੀਵ। ਅਤੇ ਮਨ ਦੀ ਜੇ ਖੁਰਾਕ ਹੀ ਨਹੀਂ ਤੁਸੀਂ ਪ੍ਰਾਪਤ ਕੀਤੀ, ਤਾਂ ਕੀ ਫਾਇਦਾ ਇਹਨਾਂ ਰਸਾਂ ਦਾ? ਇਹ ਸਰੀਰ ਨੂੰ ਹੀ ਪਾਲਿਆ, ਵੱਡਾ ਕਰ ਲਿਆ, ਛੱਡ ਕੇ ਚਲੇ ਗਏ, ਅਤੇ ਸਾਰੀ ਉਮਰ ਸਰੀਰ ਨੂੰ ਹੀ ਪਾਲਦੇ ਰਹਿ ਗਏ। ਇਸ ਕਰਕੇ ਫਿਰ ਉਹ ਕਹਿਣ ਲੱਗੇ ਵੀ ਇਹਨੂੰ ਲਾਓ ਪਹਿਲਾਂ ਜਾਲ ਨੂੰ। ਅਤੇ ਜਾਲ ਨੂੰ ਲਾਉਣ ਵਾਸਤੇ ਗੁਰੂ ਨੇ ਤਰੀਕਾ ਦੱਸਿਆ, ਇਹ ਹੁਣ ਜਿਹੜਾ ਜਾਲ ਪਿਆ ਹੋਇਆ ਹੈ ਆਪਾਂ ਇਸਤੇਮਾਲ ਕਰਨਾ ਭੁੱਲ ਗਏ ਹਾਂ, ਕਹਿੰਦੇ ਇਸ ਨੂੰ ਲਾਓ। ਅਤੇ ਕਿਵੇਂ?
ਉਹਦੇ ਵਾਸਤੇ ਕਹਿੰਦੇ ਤੁਹਾਨੂੰ ਅੰਦਰ ਅਗਨ ਪੈਦਾ ਕਰਨੀ ਪਏਗੀ, ਇਹ ਸੜ ਜਾਏਗਾ। ਅਤੇ ਉਹ ਅਗਨ ਨੂੰ ਕਹਿੰਦੇ ਨੇ ਬ੍ਰਹਮ ਅਗਨ। ਅਤੇ ਬ੍ਰਹਮ ਅਗਨ ਕਿਵੇਂ ਪ੍ਰਗਟ ਕਰਨੀ ਹੈ, ਉਹਦੇ ਵਾਸਤੇ ਫਿਰ ਆਪਾਂ ਸਿਮਰਨ ਕਰਨਾ ਹੁੰਦਾ ਹੈ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਪ੍ਰੇਮ ਭਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ ਏਕੇ ਚੋੜ ਸਜਾਇਆ। ਹੁਣ ਜਿਹੜੀ ਬ੍ਰਹਮ ਅਗਨ ਹੈ, ਇਸ ਨੂੰ ਪ੍ਰਗਟ ਕਰਨ ਵਾਸਤੇ ਜੋ ਇਹ ਗੁਰੂ ਦਾ ਸ਼ਬਦ ਹੈ, ਇਹਦੇ ਵਿੱਚ ਆਪਣੀ ਸੁਰਤ ਨੂੰ ਟਿਕਾ ਕੇ ਨਾਭੀ ਦੇ ਉੱਪਰ ਜਾ ਕੇ ਚੋਟ ਮਾਰਨੀ ਹੈ। ਲਗਾਤਾਰ ਅਭਿਆਸ ਕਰਦੇ ਰਹਾਂਗੇ ਅਤੇ ਬ੍ਰਹਮ ਅਗਨ ਪ੍ਰਗਟ ਹੋਏਗੀ, ਜਿਸ ਨਾਲ ਇਹ ਜਾਲ ਸੜ ਜਾਏਗਾ। ਬ੍ਰਹਮ ਅਗਨ ਕਾਲ ਜਾਲ ਪਰ ਜਾ ਰਹੇ, ਅਤੇ ਇਸ ਜਾਲੋਂ ਜਾਲ ਸੜੇਗਾ ਅਤੇ ਧਿਆਨ ਅੰਤਰਮੁਖੀ ਹੋ ਜਾਏਗਾ। ਇਹ ਜਾਲ ਪਾਸੇ ਹੋਏਗਾ, ਅੰਤਰਮੁਖੀ ਹੋ ਜਾਣਗੇ ਅਤੇ ਫਿਰ ਆਪਣੀਆਂ ਗਿਆਨ ਇੰਦਰੀਆਂ ਦਾ ਇਹ ਇਸਤੇਮਾਲ ਕਰੇਗਾ ਅਤੇ ਫਿਰ ਮਨ ਦੀ ਪੱਟੀ ਸ਼ੁਰੂ ਹੋਏਗੀ, ਫਿਰ ਆਪਣੀ ਅਕਲ ਦਾ ਸਹੀ ਇਸਤੇਮਾਲ ਕਰੇਗਾ। ਅਤੇ ਇਸ ਵਾਸਤੇ ਆਪ ਕਿਵੇਂ ਸਾੜਨਾ ਹੈ, ਆਪਾਂ ਥੋੜ੍ਹਾ ਬੈਖਰੀ ਬਾਣੀ ਵਿੱਚ ਸਿਮਰਨ ਕਰਾਂਗੇ। ਤੁਸੀਂ ਅਭਿਆਸ ਵੀ ਕਰਦੇ ਹੋ, ਕੋਈ ਨਵੇਂ ਗੁਰਮੁਖ ਨੇ ਬਾਕੀ ਕੁਛ ਸੁਣ ਰਹੇ ਨੇ। ਸੋ ਜਦੋਂ ਅਭਿਆਸ ਕਰਨਾ ਹੈ, ਮੁੱਖ ਤੋਂ ਬੋਲਣਾ ਔਰ ਆਵਾਜ਼ ਨੂੰ ਸ਼ਰਵਣਾਂ ਦੇ ਨਾਲ ਸੁਣਨਾ ਹੈ ਅਤੇ ਨਾਭੀ 'ਤੇ ਜਾ ਕੇ ਚੋਟ ਮਾਰਨੀ ਹੈ। ਇੱਥੋਂ ਅਗਨ ਪੈਦਾ ਹੋ ਰਹੀ ਹੈ ਪਰ ਘੱਟ ਮਾਤਰਾ ਵਿੱਚ ਹੋ ਰਹੀ ਹੈ ਆਪਣੇ। ਜਦੋਂ ਆਪਾਂ ਸ਼ਬਦ ਦੀ ਚੋਟ ਮਾਰਾਂਗੇ ਤਾਂ ਬ੍ਰਹਮ ਅਗਨ ਜ਼ਿਆਦਾ ਪ੍ਰਗਟ ਹੋਏਗੀ, ਅਤੇ ਜ਼ਿਆਦਾ ਪ੍ਰਗਟ ਹੋਏਗੀ ਤਾਂ ਜਾਲ ਸੜੇਗਾ ਅਤੇ ਅੰਤਰਮੁਖੀ ਹੋ ਜਾਣਗੀਆਂ ਗਿਆਨ ਇੰਦਰੀਆਂ ਸਾਡੀਆਂ। ਅਤੇ ਜਦੋਂ ਅੰਤਰਮੁਖੀ ਹੋਈਆਂ ਤਾਂ ਫਿਰ ਆਪਾਂ ਅੱਗੇ ਸਫ਼ਰ ਸ਼ੁਰੂ ਕਰਦੇ ਹਾਂ। ਕੀ ਹੁੰਦਾ ਹੈ ਕਿ ਆਓ ਸਾਰੇ ਜਣੇ ਨੇਤਰ ਬੰਦ ਕਰ ਲਓ ਅਤੇ ਅਭਿਆਸ ਕਰਨਾ ਆਪਣੀ ਧੁਨ ਵਿੱਚ, ਆਵਾਜ਼ ਵਿੱਚ ਧਿਆਨ ਰੱਖਦੇ ਹਾਂ। ਆਓ ਸਾਰੇ ਕਰੋ ਸ਼ੁਰੂ, ਵਾਹਿਗੁਰੂ। ਬਾਣੀ ਵਿੱਚ ਅਸੀਂ ਅਭਿਆਸ ਕਰਨਾ ਹੈ ਸਾਰਿਆਂ ਨੇ। ਜਦੋਂ ਅਸੀਂ ਇਸ ਕਾਲ ਦੇ ਜਾਲ ਨੂੰ ਤੋੜਨਾ ਹੈ, ਇਹ ਜਾਲ ਜਦੋਂ ਮਨ ਇਸ ਇਲਾਕੇ ਵਿੱਚ ਆਉਂਦਾ ਹੈ, ਸ਼ਬਦ ਨੂੰ ਲਿਵ ਟੁੱਟਦੀ ਹੈ ਅਤੇ ਮੋਹ ਪੈਦਾ ਹੁੰਦਾ ਹੈ ਸੰਸਾਰ ਦਾ, ਜਿਸ ਤਰ੍ਹਾਂ ਸਰੀਰ ਦਾ ਮੋਹ, ਵਿਚਾਰ ਪੈਦਾ ਹੋ ਗਏ ਜਿਨ੍ਹਾਂ ਦੇ ਨਾਲ ਸਰੀਰ ਦਾ ਸੰਬੰਧ ਹੈ ਉਹਨਾਂ ਦੇ ਪ੍ਰਤੀ ਮੋਹ। ਇਹ ਮੋਹ ਦੇ ਵਿੱਚ ਆ ਕੇ ਹੀ ਧਿਆਨ ਬਦਲ ਜਾਂਦਾ ਹੈ, ਉੱਧਰ ਜਾਲ ਪੈ ਜਾਂਦਾ ਹੈ ਅਤੇ ਮਨ ਇੱਥੇ ਫਸ ਜਾਂਦਾ ਹੈ। ਜੇਤਾ ਮੋਹ ਪ੍ਰੀਤ ਸਵਾਦ, ਸਭੇ ਕਾਲਖ ਦਾਗਾ ਦਾਗ। ਜਦੋਂ ਇਸ ਮੋਹ ਦੇ ਵਿੱਚ ਫਸ ਗਿਆ, ਇਸ ਮਾਇਆ ਦੇ, ਮਾਇਆ ਦਾ ਮੋਹ, ਅਤ੍ਰੈ ਗੁਣਾਂ ਦਾ ਮੋਹ, ਰਜੋ ਤਮੋ ਅਤੇ ਸਤੋ, ਇਹ ਤ੍ਰੈ ਗੁਣ ਜਿਹੜੇ ਨੇ, ਇਹ ਮਾਇਆ ਹੈ। ਇਸ ਮਾਇਆ ਨਾਲ ਪਿਆਰ ਪੈ ਗਿਆ ਇਸ ਦਾ, ਇਹਦੇ ਵਿੱਚ ਲਹਿਰਾਂ ਚੱਲਦੀਆਂ ਨੇ, ਫਸ ਗਿਆ। ਹੁਣ ਬਾਦਸ਼ਾਹ ਕਹਿੰਦੇ ਨੇ ਇਸ ਮਾਇਆ ਦੇ ਵਿੱਚ ਫਸਣ ਕਰਕੇ ਅਤੇ ਮਨ ਦੀ ਪੱਟੀ ਦੇ ਉੱਪਰ ਕਾਲਖ ਮਲੀ ਗਈ। ਇਹ ਮਾਇਆ ਦੇ ਵਿੱਚ ਆ ਕੇ ਅਤੇ ਵਿਚਾਰਾਂ 'ਚ ਫਰਕ ਪੈ ਗਿਆ। ਇਹਨੇ ਦੁਬਧਾ ਦੇ, ਈਰਖਾ ਦੇ, ਨਫ਼ਰਤ ਦੇ, ਨਿੰਦਾ ਦੇ, ਚੁਗਲੀ ਦੇ ਬਚਨ ਲਿਖਣੇ ਸ਼ੁਰੂ ਕਰ ਲਏ। ਇਹ ਕਾਲਖ ਨਾਲ ਭਰ ਗਿਆ ਅਤੇ ਜੇ ਇਸੇ ਤਰ੍ਹਾਂ ਕਾਲਖ ਲਿਖੀ ਹੋਈ ਤਾਂ ਦਰਗਾਹ ਦੇ ਵਿੱਚ ਇਸ ਨੂੰ ਥਾਂ ਨਹੀਂ ਮਿਲੇਗੀ। ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ। ਹੁਣ ਮਨਮੁੱਖ ਨੂੰ ਤਾਂ ਪਤਾ ਨਹੀਂ, ਗੁਰੂ ਦੇ ਸ਼ਰਨ ਵਿੱਚ ਆਏ ਤਾਂ ਭੇਦ ਖੁੱਲ੍ਹਾ ਵੀ ਅਸੀਂ ਤਾਂ ਇਸ ਕੰਮ ਵਾਸਤੇ ਆਏ ਸੀ, ਅੱਖਾਂ ਦਾ ਤਾਂ ਆਹ ਕੰਮ ਹੈ, ਐਸਾ ਇਸਤੇਮਾਲ ਕਰਨਾ ਹੈ ਆਪਣੇ ਨੇਤਰਾਂ ਦਾ, ਸ਼ਰਵਣਾਂ ਦਾ ਇਸਤੇਮਾਲ ਕਰਨਾ ਹੈ, ਅਤੇ ਦੂਸਰੇ ਪਾਸੇ ਲੱਗੇ ਰਹੇ। ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਨੂੰ ਫਿਰ ਲਿਖਣਾ ਸਿਖਾਇਆ। ਕਹਿੰਦੇ ਨੇ ਜਦੋਂ ਅਭਿਆਸ ਕੀਤਾ ਤਾਂ ਇਹ ਜਾਲ ਸੀ,
ब्रह्मगन पैदा हुई तो उतरिया ये सड़ गया केड़ा जाल मोह दा अंधे नूं साड़ दिओ जाल मोह जदों आपां अभ्यास करदे हाँ ये शरीर नालों संबंध टुटन लग जाता है चेता भुलन लग जाता है विचारां विच तब्दीली आउण लग गई ये मोह नालों संबंध टुटा जाल मोह कस मस कर जो ही जाल ये सड़िया मोह दा जाल सड़ गया तो जिहड़ी इहदी सवाह सी इहदे विचों स्याही पैदा होई तो फिर मन की पट्टी लिखनी है किसा जाल मोह कस मस कर मत कागद कर सार हुण मत दे उपर लिखना है मन की पट्टी ते पाओ कलम कर जदों इधरों ध्यान टुटा तो परमात्मा नाल प्यार पै गया परमात्मा दे नाल प्यार सहज विच ते परमात्मा दे प्यार दी लेखनी बना ली पाओ कलम कर चित लिखारी ते ध्यान द्वारा लिखना शुरू किया ते की लिखना है उन्हें गुर पुछ लिख विचार जो लिखना है उन गुरु दे नाल सलाह कर गुरु तो पुछ पहला माया दे नाल जुड़िया जो माया लिखाई जांदी लिखी जांदा जे इधरों आवाज आ गई शब्द इहो जिहा भी ये जीव बड़ा माड़ा है निंदिया लिख ली ये चंगा है उस्तत लिख ली किसी दी उसत लिख के दी निंदा लिख ली किसी दी चुगली लिख ली किसी बारे कुछ लिख लिया जो जी आया अंदरों फुरना वह लिखी गया कालख ही कालख हो गए ये कभी आप चेक करने ने अपने मन मन की पट्टी की लिखा पाया है वो उपर भी सारा कुछ उत्थे की बाहर तो बड़ा सोहना सोहना लिखते हैं उत्थे श्रीनगर गए उत्थे कंपीटीशन कर रहे थे गुरमुख कैलीग्राफी का वो बड़ा सोहना सोहना लिखना सिखाते हैं भी सोहने सोहने अक्षर पा रहे हैं उत्थे उन्होंने पूछा कि मन की पट्टी लिखी है फिर वो मन की पट्टी पर विचार हुई भी उहदे ते अक्षर पाउणे सिखणे ने आपां गुरु नूं पुछ के कहिंदे जदों इह सड़ गया ते लिखो लिख लिख नाम सलाह ना हुण गुरु नूं जदों पुछिया कहिंदे गुरु कहिंदा इहदे ते लिखो लिख नाम सलाह ना लिख लिख अंत न पारा वार बाबा इह लिख लिख जान कहिंदे इह लिखना सिख लै इह जान लै लिखना ते जे इह लेखा उपर लिख लिया जिथे लेखा मंगिए तिसे होए सचा निशान भी जे मन की पट्टी के उपर नाम लिखा गया उहदी सिफत लिखी गई उहदी उस्तत लिखी गई ते जिथे तू जाना दरगाह दे विच उथे इह तेरी पट्टी जो पढ़नगे तो तेन थां मिलेगी उ हूँ गुरमुख फिर इस तरह गुरु को पुछते हैं तो फिर लिखते हैं लिख नाम नाम किवें लिखना है असी अपना इधरों ध्यान तोड़ के तो जो अंदर शब्द चल रहा है उहदे विच ध्यान ला देना हुंदा है जो अपने अंदर निरंतर शब्द चल रहा है उहदे विच ध्यान लाओ अपना जदों उहदे विच ध्यान ला दिता शब्द नूं सुनी जावांगे उहनूं बादशाह कहिंदे ने सुख मन के कर राग सुन मंडल ले बुलाए ते उह सुणदिआं तुहानूं विवेक ज्ञान हो जाएगा उह शब्द नूं सुणदिआं ही अकथ कथा दा प्रवाह अंदर चलन लग जाएगा सुख मन के का राग सुन मंडल ले बुलाए
अकथ कथा विचारीए मनसा मने समाए। जदों उस शब्द नूं सुनदे गए ते सह सुभा ही अंदरों बबे ज्ञान होना शुरू हो गया, ज्ञान प्रगट हो गया, उहदी सिफत शुरू हो जाएगी। ज्यादा जीव उहदी सिफत त्रै गुणा विच करदे ने, जिहड़े त्रै गुणा दे विच सिफत करदे ने उह प्रवान नहीं हुंदे। सिफत उह किहड़ी प्रवान करदा है? सच्चा साहिब मन वसे, मन चिंदिया फल पाए, नानक तिनका आख्या आप सुने, जो लहन पन्ने पाए। उहदी सिफत उदों प्रवान है जदों असी सनमुख हो जाते हाँ, जदों असी शब्द ध्यान रख के उहदी उसत करते हाँ, उदों वह प्रवान करता है। त्रै गुणा दे विच तां सारा संसार उहदी उसत करदा पिया है। ते पातशाह कहिंदे ने अंतर ज्ञान ना आयो, जित किस सोझी पाए, विण डिठां क्या सलाहीए, सब अंधो अंध कमाए। उस्तत कर रहे ने पर जिहदी उस्तत कर रहे ने उहनूं पछाणदे ने। जिस 84 लाख जोन भी है वह भी उहदी उस्तत कर रही है, लेकिन उन्हों का ध्यान त्रै गुणा दे विच है। बहुत सारे जीव उस्तत करते हैं पर उन्हों का ध्यान माया दे विच हुंदा है। पातशाह ने गुरबाणी विच दस्या है, हर हर नित कहे रसना, कहया कछु न जाणई, चित जिनका हिर लिया माया, बोलन पैर वाणी। ध्यान तो है त्रै गुणा दे विच, ते उस्तत कर रहे ने निरंकार दी। जिसां बहुत सारे जीव बाणी पढ़ते हैं, जिन्नी गुरबाणी है सारी निरंकार की उस्तत है, परमात्मा की उस्तत है। पर जिहड़ा जीव पढ़न वाला है उहदा मन अपना त्रै गुणा दे विच है। ते पातशाह कहिंदे ने त्रै गुण सभा तात है, पढ़ पढ़ करे विचार, पढ़ भी रहा है विचार भी कर रहा है, पर त्रै गुणा दे विच। मुक्त कदे ना हो भई ना पाए मुख द्वार। त्रै गुणा दे विच पढ़न वाला मुक्त नहीं हो सकता, अमर पदवी उसनू प्राप्त नहीं होंदी। इत्थे शुरू होंदी है सिफत उसदी, कहते लिख नाम। जदों मन शब्द नाल जुड़िया उहदे उपर नाम लिखिया गया, लिख नाम, लिख नाम सलाह ना, लिख लिख अंत न पारा वार। शब्द विच ध्यान लाउण दे नाल बबे ज्ञान शुरू हो गया, उथों उहदी सिफत शुरू हो गई। उथों सिफत बख्शदा है उह, सिफत जिन्हां को बख्शियन सही पोते दार। और नाम दे ध्यान लाउण दे नाल उहनां नूं ज्ञान हुंदा है, उस ज्ञान नूं बबे ज्ञान कहिंदे ने। कित्थों शुरू होया? प्रभ कै सिमरन ज्ञान ध्यान तत् बुद्ध। जिवें जिवें असीं अंतरगत प्रवेश हो गए, नाम दे ध्यान लगा, उथों दी उस्तत, उह जिहड़ी कीती होई उस्तत है नाद विच ध्यान रखदे उह प्रवान हुंदी है। उसनों फिर मारे सच्चे पाशे कहिंदे ने जब देखा तब गावा, जब देखा तब गावा, तव जन तीरज पावा, नाद सुमाइलो रे, भेटी लै गुरदेवा। कहिंदे जदों नाद नूं मैं संभालिया, नाद विच ध्यान लगा, सनमुख होया, तो उहदी उस्तत शुरू हो गई। ते उहदी निशानी दस दे, जह झिलमिल कार दसंता, तय अनहद शब्द वजंता। उथे फिर दस ने किसा शब्द वज रहा है, किसा उहदा प्रकाश सन्मुख हो रहा, और उहदी उस्तत कर देना।
ਉਹਦੇ ਲਿਖ ਨਾਮ ਸਲਾਹ ਨਾ ਲਿਖ ਲਿਖ ਅੰਤ ਨਾ ਪਾਰਾ ਵਾਰ ਉਹਦੇ ਉਹਦੀ ਉਸਤਤ ਕਰੀ ਜਾਓ ਲਿਖੀ ਜਾਓ ਮਨ ਦੀ ਪੱਟੀ ਉੱਪਰ ਲਿਖੀ ਜਾਏਗੀ ਜਿੱਥੇ ਵੀ ਬੈਠ ਕੇ ਉਹਦੀ ਉਸਤਤ ਕਰੋਗੇ ਸਨਮੁਖ ਹੋ ਗਏ ਉਹ ਲਿਖਿਆ ਜਾਏਗਾ ਅਤੇ ਜਿਹੜਾ ਉਹਦੀ ਇਸ ਵਾਸਤੇ ਸਿਫਤ ਕਰਦਾ ਹੈ ਉਹ ਆਉਂਦੇ ਨੇ ਉਹਦੇ ਭੰਡਾਰ ਭਰ ਜਾਂਦੇ ਨੇ ਉਹਦੇ ਸਵਾਸ ਤ੍ਰੈ ਗੁਣਾਂ 'ਚ ਖਰਚ ਨਹੀਂ ਹੁੰਦੇ ਅਤੇ ਉਹਦੀ ਅਵਸਥਾ ਬਣ ਜਾਂਦੀ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇਸ ਅਵਸਥਾ ਦੇ ਵਿੱਚ ਕੀਤੀ ਹੋਈ ਜਿਹੜੀ ਸਿਫਤ ਹੈ ਉਹਨੂੰ ਇੰਨਾ ਧਨਵਾਨ ਬਣਾ ਦਿੰਦੀ ਹੈ ਅਤੇ ਪਰਮਾਤਮਾ ਉਸਨੂੰ ਆਖਰ ਧੰਨ ਕਹਿੰਦਾ ਹੈ ਅਤੇ ਪਰਮਾਤਮਾ ਨੇ ਉਹਦੇ ਬਾਰੇ ਸ਼ਬਦ ਵਰਤੇ ਨੇ ਆਉਂਦੇ ਨੇ ਧੰਨ ਕਾਗਜ਼ ਕਲਮ ਧੰਨ ਧੰਨ ਭਾਂਡਾ ਧੰਨ ਮਸ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਜਿਸ ਨੇ ਮਨ ਦੀ ਪੱਟੀ ਦੇ ਉੱਪਰ ਨਾਮ ਲਿਖ ਲਿਆ ਉਹ ਧੰਨ ਹੋ ਗਿਆ ਅਤੇ ਜਿਸ ਨੂੰ ਪਰਮਾਤਮਾ ਇੱਕ ਵਾਰ ਧੰਨ ਕਹਿ ਦਿੰਦਾ ਹੈ ਉਹਨੂੰ ਫਿਰ ਦਰਗਾਹ ਦੇ ਵਿੱਚ ਥਾਂ ਬਖਸ਼ਿਸ਼ ਹੁੰਦੀ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਦੱਸਦੇ ਨੇ ਕਿ ਜਿਨ੍ਹਾਂ ਗੁਰਮੁਖਾਂ ਨੇ ਇਸ ਅਵਸਥਾ ਦੇ ਵਿੱਚ ਪ੍ਰਵੇਸ਼ ਹੋ ਕੇ ਮਨ ਦੀ ਪੱਟੀ ਦੇ ਉੱਪਰ ਇਹ ਨਾਮ ਲਿਖ ਲਿਆ ਉਹਨਾਂ ਦਾ ਜੀਵਨ ਸਫਲ ਹੋ ਗਿਆ ਜਿਸ ਤਰ੍ਹਾਂ ਤੁਸੀਂ ਕਈ ਦਫ਼ਾ ਇਸ ਸ਼ਬਦ ਸ਼ਰਵਨ ਕਰਦੇ ਹੋ ਭਗਤ ਕਬੀਰ ਜੀ ਦਾ ਅਤੇ ਉਹਨੇ ਸਰੀਰ ਦੇ ਉੱਪਰ ਲਿਖ ਲਿਆ ਮਨ ਦੀ ਪੱਟੀ ਦੇ ਉੱਪਰ ਉਹਨਾਂ ਨੇ ਲਿਖਿਆ ਅਤੇ ਜਿਹੜੇ ਗੁਰਮੁਖ ਜਨ ਦੇਖਦੇ ਜਿਹੜੇ ਜਾਗੇ ਹੋਏ ਉਹ ਫਿਰ ਦੇਖਦੇ ਨੇ ਕਿ ਕਬੀਰ ਨੇ ਮਨ ਦੀ ਪੱਟੀ ਦੇ ਉੱਪਰ ਪਰਮਾਤਮਾ ਦਾ ਨਾਮ ਲਿਖ ਲਿਆ ਹੈ ਸਰੀਰ ਦੇ ਉੱਪਰ ਨਹੀਂ ਇਹ ਤਾਂ ਨਾਸ਼ਵਨ ਹੈ ਇਹ ਤਾਂ ਅੱਗੇ ਜਾਏਗਾ ਹੀ ਨਹੀਂ ਜਾਏਗਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਉਹਦੇ ਮਨ ਦੀ ਜੋਤ ਦਾ ਖੇਲ ਹੈ ਸਾਰਾ ਇਹ ਸਰੀਰ ਜਾਤ ਹੈ ਇਹ ਤਾਂ ਅੱਗੇ ਨਹੀਂ ਜਾਏਗੀ ਅਤੇ ਭਗਤ ਕਬੀਰ ਜੀ ਨੇ ਉਹਨਾਂ ਦੱਸਿਆ ਕਿ ਲਿਖ ਲਿਖੋ ਰਾਮ ਨਾਮ ਲਿਖ ਰਿਹੋ ਸਰੀਰ ਮਨ ਦੀ ਪੱਟੀ ਦੇ ਉੱਪਰ ਉਹਨਾਂ ਨੇ ਉਹ ਜਿਹੜਾ ਨਾਮ ਸੀ ਪਰਮਾਤਮਾ ਦਾ ਲਿਖ ਲਿਆ ਨਾਮ ਦੇ ਨਾਲ ਜੁੜ ਗਿਆ ਮਨ ਦੀ ਪੱਟੀ ਲਿਖ ਲਈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਤੁਸੀਂ ਵੀ ਪੱਟੀ ਲਿਖੋ ਜਿਹੜੇ ਬਾਹਰ ਅਸੀਂ ਲਿਖੀ ਜਾਂਦੇ ਹਾਂ ਭਾਵੇਂ ਜਿੰਨਾ ਮਰਜ਼ੀ ਲਿਖੀ ਜਾਈਏ ਮਹਾਰਾਜ ਕਹਿੰਦੇ ਨਾਨਕ ਕਾਗਜ਼ ਲਖਮਣਾ ਪੜ੍ਹ ਪੜ੍ਹ ਕੀਚੇ ਪਾਓ ਮਸੂ ਤੋਟ ਨਾ ਆਵਈ ਲਿਖਣ ਪਾਉਣ ਚਲਾਓ ਵੀ ਤੇਰੀ ਕੀਮਤ ਨਾ ਪਵੇ ਹੋਂ ਕੇਵਲ ਆਖਾ ਨਾ ਹੋ ਭਾਵੇਂ ਲਖਮਣ ਕਾਗਜ਼ ਪੜ੍ਹ ਪੜ੍ਹ ਕੇ ਉਹਨੂੰ ਯਾਦ ਕਰ ਲਿਆ ਅਤੇ ਯਾਦ ਕਰ ਕਰਕੇ ਉਹਨੂੰ ਲਿਖੀ ਗਏ ਇੰਨੀ ਤੇਜ਼ੀ ਨਾਲ ਲਿਖੇ ਵੀ ਜਿਸ ਤਰ੍ਹਾਂ ਹਵਾ ਚੱਲਦੀ ਹੈ ਅਤੇ ਦਰਗਾਹ ਦੇ ਵਿੱਚ ਥਾਂ 'ਤੇ ਫਿਰ ਨਹੀਂ ਮਿਲੇਗੀ ਕਿਉਂਕਿ ਨਾਮ ਤਾਂ ਲਿਖਿਆ ਨਹੀਂ ਨਾਮ ਤਾਂ ਮਿਲਿਆ ਨਹੀਂ ਨਾਮ ਦੇ ਨਾਲ ਥੱਲੇ ਵੀ ਨਹੀਂ ਜੁੜੇ ਇਸ ਕਰਕੇ ਕਹਿੰਦੇ ਨਾਨਕ ਕਾਗਜ਼ ਲਖਮਣਾ ਪੜ੍ਹ ਪੜ੍ਹ ਕੀਚੇ ਪਾਓ ਕਿੰਨਾ ਯਾਦ ਕਰ ਲਓਗੇ ਇਸ ਪਾਤਸ਼ਾਹ ਗੁਰਬਾਣੀ ਵਿੱਚ ਫਿਰ ਨਾਲ ਸਮਝਾਉਂਦੇ ਨੇ ਵੀ ਮਸੂ ਤੋਟ ਨਾ ਵੀ ਲਿਖਣ ਪਾਉਣ ਚਲਾਓ ਵੀ ਤੇਰੀ ਕੀਮਤ ਨਾ ਪਵੇ ਹਾਂ ਕੇਵਲ ਆਖਾ ਨਾ ਵੀ ਉਸ ਨਾਮ ਤੱਕ ਫਿਰ ਵੀ ਨਹੀਂ ਪਹੁੰਚ ਸਕਦਾ ਜੀ ਉਸ ਨਾਮ ਦੀ ਵਡਿਆਈ ਉਸ ਸੱਚ ਦੀ ਉਸਤਤ ਨਹੀਂ ਕਰ ਸਕਦਾ ਜਿੱਥੇ ਜਾ ਕੇ ਉਸਤਤ ਹੋਣੀ ਹੈ ਉਹ ਨਾਮ ਦੇ ਵਿੱਚ ਸਮਾ ਕੇ ਉਹਦੀ ਸਿਫਤ ਹੋ ਸਕਦੀ ਹੈ ਐਸੀ ਅਵਸਥਾ ਦੇ ਵਿੱਚ ਜਿਹੜਾ ਮਨ ਜਾ ਰਿਹਾ ਹੈ ਉਹ ਕਹਿੰਦੇ ਨੇ ਉਹਦਾ ਜੀਵਨ ਸਫਲ ਹੈ ਇਸ ਕਰਕੇ ਅਸੀਂ ਉਸ ਮਨ ਦੀ ਪੱਟੀ ਉੱਪਰ ਲਿਖਣਾ ਅਤੇ ਜਿਹਦੀ ਪੱਟੀ 'ਤੇ ਰਾਮ ਨਾਮ ਲਿਖਿਆ ਗਿਆ ਅਤੇ ਉਸਨੂੰ ਲੱਖ ਕੋਈ ਕਵੇ ਵੀ ਇਹਨੂੰ ਮਿਟਾ ਦਿਓ ਤੂੰ ਕਹਿੰਦੇ ਵੀ ਮੈਂ ਕਿੱਦਾਂ ਮਿਟਾਂ ਜੇ ਮਿਟਾਵਾਂਗਾ ਤਾਂ ਮੇਰੇ ਗੁਰੂ ਨੂੰ ਗਾਲ ਲੱਗੇਗੀ ਜਿਹਨੇ ਮੈਨੂੰ ਲਿਖਣਾ ਸਿਖਾਇਆ ਹੈ ਦਿਸਾਂ ਭਗਤ ਪ੍ਰਹਲਾਦ ਜੀ ਬੱਚਿਆਂ ਵਿੱਚ ਬੈਠੇ ਨੇ ਅਤੇ ਬੈਠੇ ਨੇ ਟੀਚਰ ਨੇ ਪੜ੍ਹਾਇਆ ਵਿਹਲਾ ਸਮਾਂ ਸੀ ਅਤੇ ਉਹ ਬੱਚਿਆਂ ਨੂੰ ਸਮਝਾਉਣ ਲੱਗ ਪਏ ਪ੍ਰਹਲਾਦ ਜੀ ਅਤੇ ਉਹਨੇ ਦੇਖਿਆ ਵੀ ਇਹ ਕੀ ਦੱਸ ਰਹੇ ਨੇ ਉਹਨੇ ਕਿਹਾ ਵੀ ਅਸੀਂ ਤਾਂ ਪੱਟੀ ਲਿਖ ਰਹੇ ਹਾਂ ਉਹਦਾ ਪੱਟੀ ਦਾ ਤਾਂ ਮੈਂ ਆਹ ਲਿਖਾਇਆ ਹੈ ਉਹਦੇ ਅਸੀਂ ਮਨ ਦੀ ਪੱਟੀ ਲਿਖ ਰਹੇ ਹਾਂ ਮੇਰੀ ਪੱਟੀ 'ਤੇ ਲਿਖਿਆ ਹੋਇਆ ਹੈ ਉਸ ਪਰਮੇਸ਼ਵਰ ਦਾ ਨਾਮ ਉਹਨੂੰ ਹੁਣ ਸਮਝ ਨਹੀਂ ਸੀ ਲੱਗਦੀ ਕਿ ਕਿਹੜੀ ਪੱਟੀ ਦੀ ਗੱਲ ਕਰਦੇ ਨੇ
आंदे भी ये छड़ दियो तुसी ये परमात्मा दा नाम लैना छड़ दियो आंदे ने भी ये नहीं छड़ सकदा जे मैं छड़ूंगा तो मेरे गुरु नूं गाल लगूगी क्योंकि उन्हें मैनूं लिखना सिखाया है उन्हें तो मैं दस्या पट्टी किवें लिखनी है हुण आपां परमात्मा दा नाम पट्टी दे उपर लिखिया तो जे तुहानूं बाहर कोई संगी साथी मिल जाए वो कहे भी आओ निंदिया चुगली लिख लईए दो मिनट आपां गल्लां कर लईए कोई उत्थे नहीं करनियां क्योंकि गुरु नूं गाल लगेगी गुरु देख रहा है भी मैं इन्हां नूं की लिखना सिखाया ये जाके की लिख रहे ने पट्टी काली हो जाएगी इस करके हुण विचरना है जदों बड़ा ध्यान रखना है क्योंकि आपां गुरु नूं पुछ के लिख रहे हाँ तो मनमुख ने तो लिखना सीखिया नहीं होया पट्टी उन्हें तो काल उत्ते मली हुई है जो जी आया लिखी जा रहा है जो फुरना माया ने दिता इस करके जे तुहाडे कोल कोई इहो जी गल कर लगे तो तुसी रोकना है उसनों भी नहीं भी मैं गुरु वाला हाँ मैं सिख्यार्थी हाँ मैं सिख हाँ मैं सिख्या लै रहा हाँ मैं मन की पट्टी लिखनी सीख रहा हाँ तो मैं मन की पट्टी के उपर नाम लिख लिया हाँ तो तुसी मेरी पट्टी के उपर कोई ऊल जलूल ना लिखो उत्थे फिर वो कहिंदे ने मोको कहा पढ़ावस आल जाल मेरी पट्टिया लिख दो श्री गोपाल इहदा मतलब इह नहीं कि वो पढ़ना नहीं दूसरा चाहुंदे नहीं पढ़ाई नूं नहीं इह जिहड़ा दुविधा दे बचन ने ईरखा दे बचन ने नफर दे बचन ने निंदिया दे चुगली दे इह साडी मन दी पट्टी उपर लिखे जा रहे ने ये आल जाल जलूल नहीं लिखना पट्टी काली नहीं करनी जैसा गुरु नानक पातशाह ने भी बाणी से अपने लिखा होया है भी की लिखा रहा है एक पंडित जिहड़ा है वह की पढ़ा रहा है जीवन में कई दफा तुसी जानते हो किते तुहानूं इहो जिहे बचन सुनन मिल जाते हैं दुविधा दे बचन फलाना बड़ा माड़ा है वो प्रति दुविधा शुरू हो गई निंदा शुरू हो गई वो जो विचार आया वह लिखा गया इस करके कोशिश करनी है भी आप मन की पट्टी के उपर नाम ही लिखना है गुरु के बचन अगे रखना है क्योंकि आप सिख्यार्थी हाँ तो पातशाह कहिंदे ने जिहड़ा सिख है वह गुरु के बचन अगे रखता है गुर का बचन बसे जी नाले जल नहीं डूबे तस्कर ना लेवे पाए न साके जाले प्रहलाद ने गुरु के बचन अगे रखिया तो उन्हों अग भी साड़ नहीं सकी उन्हों अंधेरे दे वेच रखिया गया कमरे दे वेच उन्हों डर नहीं लगा क्योंकि सामने नजर आता से आखिर उसनों मार लगे तो मालक ने रखिया किते तो गुरु साहब ने बचन दर्ज किए भी भगतों की वह रखता है ये नहीं भी भगतों पर पीड़ नहीं बनती बनती है पर वो रखता है वो जनाऊंदा है भी मैं इन्हें रखिया की ये मेरे बच्चे ने जिसने मन की पट्टी के उपर नाम लिख लिया नाम के नाल जुड़िया होया वो भगत है तो परमात्मा उसकी फिर रखिया करता है भावें इस लोक में हो भावें निज घर हो चाहे वह परलोक होते बारे फिर मार कहिंदे ने राम रसायण गुरमुख चख है दर घर महिली हर पत रख है जिसा हुण आपां सतगुर के बचना ते चल रहे हाँ कि संसार विच विचरदिआं जिहड़ा मनमुख है वह कुछ भी कर सकता है इहदा मतलब ये नहीं भी लैणा भी मैं तां नाम जप रहा तो मैनूं किसी ने ऐसा को कहा काल ने तुहानूं खेड़न वास्ते कोई ना कोई पैंतड़ा वरतना है भी अपना ध्यान इधरों तोड़ लैण इधर उलझ जाण लेकिन असी परमेश्वर के उपर परमात्मा दे पूर्ण भरोसा रखना है गुरु के उपर पूर्ण भरोसा रखना है गुर का बचन बसे जी नाले जल नहीं डूबे तस्कर न लेवे पाहे न साके जाले निर्धन को तन अंधले को टिक मात दू जैसे बाले सागर में बोहित पायो हर नानक करी कृपा कृपा ले फिर आप ही कृपा करता है हाँ लिखिया होना चाहिए है पट्टी के उपर ये तो उन्हें पता कि मेरा बच्चा है मेरा सख्यार्थी है ये पट्टी के उपर लिखा तो आप ही रखा करेगा सो इस करके कोशिश करनी है
जे आप इस अवस्था में प्रवेश हो जाते हाँ इन्हों का इस्तेमाल करना सीख जाते हाँ तो सानू कहिंदे ने पढ़े हुए ने ये पढ़िया लिखा है ये ज्ञानी है तो जिहड़ा ज्ञानी है वह फिर संसार नू जित लैंदा है। तो महाराज कहिंदे ने नानक ज्ञानी जग जीता उन्हूं विचरना आ जाता है संसार दे विच वह माया का प्रभाव नहीं पैण दिंदा इन्हां नेत्रां दे उपर इन्हां कन्नां दे उपर इन्हां रसना दे उपर। ते जिस नूं नहीं नानक ज्ञानी जग जीता सब कोई ते नहीं तो माया ने जिन्हां ने ज्ञान नहीं लिया ते माया सारे नूं जीती बैठी हुई है। किसे दीआं अखां नहीं आखे लगदियां किसे दे कन्न नहीं लगदे किसे दी रसना नहीं लगदी ज्ञान इंद्रियां दे उपर कंट्रोल ही नहीं है। तो पढ़ाई बड़ी उच्च विद्या करते हैं कहते मैं बड़ा पढ़िया लिखा हाँ तो महाराज कहते ने पढ़िया मूर्ख आखिए जित लभ लोभ हंकारा तो यहोजी विद्या की कहना है यहोजी पढ़ाई नू की कहना है जे मन ही इन्हां विचारां विच फसिया होया है मन ही अपने मकसद नू पछाणदा नहीं है मन ही अपने नेत्रां दा जोत दा इस्तेमाल करना नहीं सीखता एक ऐसी विद्या है यह विद्या नू की करना है ये तो बेअर्थ है। इस करके अपने आप को पढ़ना है अपने आप को खोजना है और मन की पट्टी लिखनी है सारे ने इस वास्ते आप आज सारे इसे सतगुरु के शरण में एकत्र होए हाँ ये सिखिया है। तो हुण कोई ये कोई एहोजा शब्द का कोई दाग जिहड़ा है वह नहीं लगन देना भी कोई एहोजा कई तरह के दाग ने जिस मार्ग ने जिस अंदर चुगलो चुगली वजे तिसका कदी ना होवी भला यहोजे जिहड़े बचन ने वह बिल्कुल नहीं दूसरे दूजी कान न दई धन भी दूसरे की गल कन्ना दे नाल नहीं सुननी माया की गल दुविधा की ईरखा की नफरत की निंदा की चुगली की सिर्फ नाम लिखना है। सो आओ फिर थोड़ी कोशिश करिए फिर आप समाप्ति कर देनी है दो मिनट बाद आओ हम सारे ही बड़े प्यार दे नाल इस तरह सिमन करिए जे नहीं हले ये जाल लथा तो फिर लाइए अंतरमुखी चलीए और नाल नाल शब्द सुनते रहिए आओ सारे करो कृपा वाह गुरु